ਦਿੱਲੀ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ ਬੜੇ ਪਵਿੱਤਰ ਅਤੇ ਮਾਣਮੱਤੇ ਦਿਨਾਂ ਵਿੱਚ ਮਿਲ ਰਹੇ ਹਾਂ ਸਿੰਘੂ ਟਿਕਰੀ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਏ ਹਨ ਅਤੇ ਹੁਣ 8 ਮਾਰਚ ਨੂੰ ਔਰਤਾਂ ਦਾ ਅੰਤਰਰਾਸ਼ਟਰੀ ਦਿਹਾੜਾ ਹੁੰਦਾ ਇੰਟਰਨੈਸ਼ਨਲ ਵਿਮਨਸ ਡੇ ਕਿਸਾਨ ਅੰਦੋਲਨ ਵਿੱਚ ਔਰਤਾਂ ਨੇ ਸਧਾਰਨ ਕਿਸਾਨ ਮਜ਼ਦੂਰ ਔਰਤਾਂ ਨੇ ਨੌਜਵਾਨ ਪੜੀਆਂ ਲਿਖੀਆਂ ਕੁੜੀਆਂ ਨੇ ਬਜ਼ੁਰਗ ਮਾਵਾਂ ਨੇ ਵਿਮਨ ਐਕਟਿਵਿਸਟਾਂ ਨੇ ਜਿਹੜਾ ਰੋਲ ਨਿਭਾਇਆ ਹੈ ਉਦੇ ਸੋਲੇ ਤਾਂ ਦੁਨੀਆ ਗਾ ਰਹੀ ਹੈ ਪਰ ਅੰਦੋਲਨ ਦੀਆਂ ਸਫਾਂ ਦੇ ਅੰਦਰ ਹੀ ਜਿਹੜਾ ਇੱਕ ਹੋਰ ਅੰਦੋਲਨ ਵਿੜ ਦਿੱਤਾ ਇਹਨਾਂ ਕੀ ਕਹੀਏ ਇਹਨਾਂ ਨੂੰ ਅੰਦੋਲਨੀ ਔਰਤਾਂ ਨੇ ਉਹਨੂੰ ਸਜਦਾ ਹੋਣ ਦਾ ਚਿਤ ਕਰਦਾ ਖੇਤੀ ਬਿਲਾ ਵਿਰੁੱਧ ਅੰਦੋਲਨ ਪਿਤਰੀ ਸਫਤਾ ਵਿਰੁੱਧ ਅਖਾੜਾ ਵੀ ਬਣ ਰਿਹਾ ਹੈ ਇੱਕ ਤਾਂ ਬੈਰੀਕੇਡਾਂ ਪੁੱਟ ਕੇ ਅਸੀਂ ਵਿਰੋਧ ਕਰਨ ਗਏ ਸਾਂ ਕਿ ਸਾਨੂੰ ਫਿਰ ਕੋਈ ਬਸਤੀਵਾਦੀ ਨਿਜ਼ਾਮੀ ਨਾ ਬਣਾ ਛੱਡੇ ਸਾਡੇ ਕਿਸਾਨ ਮਜ਼ਦੂਰ ਸਰਮਾਇਦਾਰਾਂ ਵੱਡੇ ਧਨਾਢਾਂ ਦੇ ਗੁਲਾਮ ਨਾ ਬਣ ਜਾਣ ਫਿਰ ਜਦੋਂ ਔਰਤਾਂ ਨੇ ਅੰਦੋਲਨ ਦੇ ਅੰਦਰ ਹੀ ਅੰਦੋਲਨ ਮੰਗਾਇਆ ਤਾਂ ਇਹ ਜਗ ظاہر ਕੀਤਾ ਰੋਸ਼ਨ ਕੀਤਾ ਕਿ ਕਿਵੇਂ ਅਸੀਂ ਆਪ ਦਹਾਕਿਆਂ ਤੋਂ ਔਰਤਾਂ ਨੂੰ ਬਸਤੀਵਾਦੀ ਨਿظام ਥਲੇ ਰੱਖਿਆ ਹੋਇਆ ਆਪਣੇ ਘਰਾਂ ਵਿੱਚ ਆਪਣੇ ਸ਼ਹਿਰਾਂ ਪਿੰਡਾਂ ਵਿੱਚ ਕਿਸਾਨ ਅੰਦੋਲਨ ਨੇ ਬਹੁਤ ਕੁਝ ਬਦਲਿਆ ਤੇ ਇੰਨੇ ਫਿਰ ਸਾਨੂੰ ਵੀ ਤਾਂ ਬਦਲਣਾ ਸੀ ਸਾਡੇ ਅੰਦਰਲਾ ਕੂੜੀ ਦੀ ਸਾਫ ਕਰਨਾ ਸੀ ਅੱਜ ਸ਼ੁਭ ਘੜੀ ਹੈ ਕਿਸਾਨ ਅੰਦੋਲਨ ਅਤੇ ਔਰਤਾਂ ਦਾ ਅੰਤਰਰਾਸ਼ਟਰੀ ਦਿਹਾੜਾ ਆਣ ਮਿਲੇ ਹਨ ਇਸ ਲਈ ਆਓ ਕੁਝ ਨਵੀਆਂ ਬੈਸਾਂ ਨੂੰ ਮਿਲੀਏ ਕੁਝ ਪੁਰਾਣੀਆਂ ਦੇ ਸੰਮੁਖ ਹੋਈਏ ਜਿੱਥੋਂ ਕਿਨਾਰਾ ਕਸ਼ੀ ਕੀਤੀ ਬੈਠੇ ਸਾਂ ਤੇ ਜਾਗਦੀਆਂ ਔਰਤਾਂ ਮਰਦਾਂ ਨੇ ਹੁਣ ਰੰਗੇ ਹੱਥੀ ਸਾਨੂੰ ਆਣ ਫੜਿਆ ਸਾਡੇ ਨਾਲ ਇਸ ਚਰਚਾ ਵਿੱਚ ਜੁੜ ਰਹੇ ਨੇ ਨਾਪ੍ਰੀਤ ਕੌਰ ਜੀ ਜਿਹੜੇ ਫੈਮਿਨਿਸਟ ਪੋਲਿਟਿਕਸ ਨੂੰ ਤੇ ਫੈਮਿਨਿਜ਼ਮ ਦੀ ਪੋਲਿਟਿਕਸ ਨੂੰ ਨੇੜਿਓਂ ਪੜਦੇ ਨੇ ਨਜੜਦੇ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਅਧਿਆਪਨ ਦੇ ਨਾਲ ਜੁੜੇ ਹੋਏ ਨੇ ਸ਼ਹਿਰ ਨੂੰ ਸਟੱਡੀ ਕੀਤਾ ਤੇ ਜ਼ਾਹਿਰ ਹੈ ਜੇ ਸ਼ਹਿਰ ਨੂੰ ਸਟੱਡੀ ਕੀਤਾ ਤਾਂ ਫਿਰ ਸ਼ਹਿਰ ਤੇ ਪਿੰਡ ਦੋਨਾਂ ਦੀ ਕਨਫਲਿਕਟ ਨੂੰ ਤੇ ਉਹਨਾਂ ਦੇ ਵਿਚਲੀ ਜਿਹੜੀ ਕੰਟੈਸਟਡ ਸਪੇਸ ਹੈ ਉਸ ਨੂੰ ਸਟੱਡੀ ਕੀਤਾ ਸਾਡੇ ਨਾਲ ਜੁੜ ਰਹੇ ਨੇ ਸਰਬਜੀਤ ਕੌਰ ਜੀ ਸਰਬਜੀਤ ਕੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਰਿਸਰਚ ਫੈਲੋ ਨੇ ਯੂਨੀਵਰਸਿਟੀ ਦੇ ਵਿੱਚ ਮੈਂ ਇਹਨਾਂ ਨੂੰ ਵਿਦਿਆਰਥੀ ਦਿਨਾਂ ਦੇ ਵਿੱਚ ਪੜਦੇ ਲਿਖਦੇ ਸੋਚਦੇ ਚਿੰਤਨ ਕਰਦੇ ਤੇ ਲੜਦੇ ਘੋਲ ਕਰਦੇ ਵਿਦਿਆਰਥੀਆਂ ਦੇ ਵਿੱਚੋਂ ਦੇਖਿਆ ਨਪਰੀ ਜੀ ਕਿਸਾਨ ਅੰਦੋਲਨ ਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਬਾਰੇ ਬਹੁਤ ਕੁਝ ਕਿਹਾ ਲਿਖਿਆ ਜਾ ਰਿਹਾ ਹੈ ਦੇ ਸੋਲੇ ਗਏ ਜਾ ਰਹੇ ਨੇ ਕੁਝ ਸਵਾਲ ਕਿਉਂਕਿ ਜੇ ਇਹ ਹੜਾ ਇਹੋ ਜਿਹਾ ਤਾਂ ਫਿਰ ਪੁੱਛ ਲੈਣੇ ਚਾਹੀਦੇ ਨੇ ਕਿ ਇਹ ਵੀ ਕੋਈ ਇੱਕ ਡੈਮੋਗ੍ਰਾਫਿਕ ਆਈਡੈਂਟੀਟੀ ਹੁੰਦੀ ਹੈ ਕਿ ਕਿਸਾਨ ਅੰਦੋਲਨ ਵਿੱਚ ਔਰਤਾਂ ਨੇ ਕਿਉਂਕਿ ਤਾਂ ਫਿਰ ਅਦਮੀ ਵੀ ਨੇ ਕਿ ਕੇਵਲ ਦੋ ਡੈਮੋਗ੍ਰਾਫਿਕ ਆਇਡੈਂਟਿਟੀਆਂ ਹੋ ਨਹੀਂ ਸਕਦੀਆਂ ਤਨਾੜ ਔਰਤਾਂ ਨੇ ਫੋਰਚੂਨਰ ਤੇ ਗਈਆਂ ਔਰਤਾਂ ਨੇ ਜਿਹੜੀਆਂ ਫੇਸਬੁੱਕ ਦੇ ਉੱਤੇ ਕੋਈ ਸੋਨਾ ਜਿਹਾ ਗਰੁੱਪ ਬਣਾ ਕੇ ਦੋ ਚਾਰ ਵੀਡੀਓ ਐਡੀਟਰ ਰੱਖ ਕੇ ਇੱਕ ਆਡਾ ਲਾਈਵ ਬੈਠੀਆਂ ਨੇ ਇੱਕ ਔਰਤਾਂ ਨੇ ਇੱਕ ਬੇਜ਼ਮੀਨੇ ਮਜ਼ਦੂਰ ਔਰਤਾਂ ਵੀ ਨੇ ਖੁਦਕੁਸ਼ੀ ਪੀੜਤ ਪਰਿਵਾਰਾਂ ਦੀਆਂ ਉਹ ਔਰਤਾਂ ਨੇ ਜਿਨ੍ਹਾਂ ਦੇ ਘਰ ਰੋਟੀ ਨਹੀਂ ਪਕਦੀ ਤੇ ਉਹ ਵੀ ਉਸ ਜੰਗ ਦਾ ਹਿੱਸਾ ਨੇ ਇਹ ਜਿਹੜੀ ਅੰਦੋਲਨ ਦੀ ਜਿਹੜਾ ਨੈਰੇਟਿਵ ਬਣ ਰਿਹਾ ਜਿਹੜਾ ਡਿਸਕੋਰਸ ਬਨੇਗਾ ਕੱਲ ਨੂੰ ਇਹਦੀ ਜਿਹੜੀ ਕਥਾ ਕਹੀ ਜਾਏਗੀ ਉਹ ਕਿਸ ਔਰਤ ਦੇ ਪਰਸਪੈਕਟਿਵ ਤੋਂ ਕਹੀ ਜਾਏਗੀ ਕਿ ਇਹ ਕਥਾਨਕ ਆਪਸ ਵਿੱਚ ਇੱਕ ਦੂਜੇ ਨਾਲ ਭੜਨਗੇ ਕਿ ਇਹ ਇੱਕ ਔਰਤਾਂ ਦਾ ਕਥਾਨਕ ਹੋਵੇਗਾ ਇਹਦੀ ਓਨਰਸ਼ਿਪ ਕੌਣ ਲਵੇਗਾ ਕਿ ਉਹਨਾਂ ਔਰਤਾਂ ਦੇ ਵਿੱਚ ਆਪਸ ਦੇ ਵਿੱਚ ਵੀ ਕੰਟੈਸਟਸ ਨੇ ਕਨਫਲਿਕਟਸ ਨੇ ਇਹ ਇੱਕ ਦੂਜੇ ਦੇ ਖਿਲਾਫ ਮੋਰਚਾ ਬੰਦੀ ਵਾਲੀਆਂ ਔਰਤਾਂ ਵੀ ਨੇ ਜਿਨ੍ਹਾਂ ਨੂੰ ਅੱਜ ਕੋਈ ਦੁਸ਼ਮਣ ਲੱਗਾ ਤਾਂ ਉੱਥੇ ਉਹਨਾਂ ਨੇ ਸਾਂਝਾ ਮੋਰਚਾ ਲਾਇਆ ਹਾਊ ਡੂ ਯੂ ਸੀ ਆਲ ਆਫ ਥਿਸ ਮੈ ਮੈਨੂੰ ਅਦਾ ਲੱਗਦਾ ਕਿ ਇਸ ਗੱਲ ਨੂੰ ਮੈਂ ਤੁਸੀਂ ਕਿਸਾਨ ਅੰਦੋਲਨ ਤੋਂ ਸ਼ੁਰੂ ਕਰ ਰਹੇ ਹਾਂ ਜੀ ਬਹੁਤ ਜ਼ਰੂਰੀ ਹੈ 90 ਦੇ ਵਿੱਚ ਜਦੋਂ ਬਾਬਰੀ ਮਸਜਿਦ ਦਾ ਮੁੱਦਾ ਸੀ ਤਾਂ ਉਦੋਂ ਔਰਤ ਜਿਹੜੀ ਹੈ ਉਹ ਐਸ ਅ ਪੋਲਿਟিক্যাল ਐਕਟਰ ਪੋਲਿਟিক্যাল ਸਪੇਸ ਦੇ ਵਿੱਚ ਆਉਂਦੀ ਹੈ ਪੋਲਿਟিক্যাল ਸਵਾਲ ਚੁੱਕਦੀ ਹੈ ਤੇ ਖੜੀ ਹੁੰਦੀ ਹੈ ਉੱਥੇ ਤੇ ਉਹ ਕਹਿੰਦੀ ਹੈ ਮੈਂ ਇੱਕ ਪੋਲਿਟিক্যাল ਬੀਇੰਗ ਆ ਹਾਂ ਤੇ ਉਹ ਪਰ ਅ ਕਿੱਥੇ ਖੜੀ ਸੀ ਹਿੰਦੂ ਹੋਣ ਦੀ ਗੱਲ ਕਰ ਰਹੀ ਸੀ ਤੁਹਾਨੂੰ ਇੱਕ ਮਿੰਟ 우ਮਾ ਭਾਰਤੀ ਤੇ ਸਾਧਵੀ ਰਿਤੰਬਰਾਂ ਨੂੰ ਯਾਦ ਹੈ ਐਸਪੀ ਜੀ ਨਹੀਂ ਮੈਂ ਬਹੁਤ ਸਾਰੀਆਂ ਹੋਰ ਔਰਤਾਂ ਨੂੰ ਵੀ ਕਰ ਰਹੀ ਹਾਂ ਉਹ ਸਿਰਫ ਰਿਪਰੈਜ਼ੈਂਟੇਟਿਵ ਸੀ ਤੇ ਅੱਜ ਮੈਂ ਇਹ ਕਹਾਂਗੀ ਕਿ ਅੱਜ ਫੇਰ ਔਰਤ ਜੋ ਹੈ ਉਹ ਐਜ਼ ਅ ਪੋਲਿਟিক্যাল ਬੀਇੰਗ ਐਜ਼ ਅ ਪੋਲਿਟিক্যাল ਐਕਟਰ ਪੋਲਿਟਿਕਸ ਕਿਵੇਂ ਹੈ ਕਿਵੇਂ ਹੋਣੀ ਚਾਹੀਦੀ ਹੈ ਉਹਦੇ ਸਵਾਲਾਂ ਨੂੰ ਉਹ ਦੇ ਸਵਾਲਾਂ ਦੇ ਨਾਲ ਆਪਣੇ ਆਪ ਨੂੰ ਜੋੜਦੀ ਜੋੜਦੇ ਹੋਏ ਨੇ ਉਹ ਸਵਾਲਾਂ ਦਾ ਹਿੱਸਾ ਬਣਦੀ ਹੋਈ ਜਾਂ ਉਹ ਸਵਾਲ ਚੱਕਦੀ ਹੋਈ ਖੜੀ ਹੈ ਪਬਲਿਕ ਸਪੇਸ ਦੇ ਵਿੱਚ ਪੋਲਿਟੀਕਲ ਸਪੇਸ ਦੇ ਵਿੱਚ ਤੇ ਉਸ ਪੋਲਿਟੀਕਲ ਸਪੇਸ ਨੂੰ ਓਨ ਕਰ ਰਹੀ ਹੈ ਉਹ ਕਹਿ ਰਹੀ ਹੈ ਪੋਲਿਟੀਕਲ ਸਪੇਸ ਮੇਰੀ ਹੈ ਇੱਥੇ ਮੈਂ ਆਪਣਾ ਸਵਾਲ ਚੱਕਾਂਗੀ ਇਹ ਸਵਾਲ ਜਿਸ ਕਿਸਾਨ ਨੂੰ ਤੁਸੀਂ ਸੋਚਦੇ ਹੋ ਮਰਦ ਕਿਸਾਨ ਹੈ ਉਹਨੂੰ ਬਿਲਕੁਲ ਪਾਸੇ ਕਰਕੇ ਫਿਰ ਆਪਣਾ ਸਵਾਲ ਲੈ ਕੇ ਆ ਰਹੀ ਐ ਸੋ ਇੱਥੇ ਅਸੀਂ ਜਿਹੜੀਆਂ ਤੁਸੀਂ ਕਿਹਾ ਫੋਰਚੂਨਰ ਦੀਆਂ ਔਰਤਾਂ ਫੋਰਚੂਨਰਸ ਦੇ ਵਿੱਚ ਇਹਨਾਂ ਨੂੰ ਵੀ ਜਾਨਣਾ ਚਾਹੀਦਾ ਕਿ ਕੌਣ ਕਿਹਦੀ ਜੀ ਨਾ ਨਹੀਂ ਨਹੀਂ 1 ਮਿੰਟ ਤਾਂ ਨਾ ਔਰਤਾਂ ਨੇ ਮਜ਼ਦੂਰ ਔਰਤਾਂ ਨੇ ਹਰ ਤਰ੍ਹਾਂ ਦੀਆਂ ਔਰਤਾਂ ਦੇ ਵਿੱਚ ਸ਼ਾਮਿਲ ਨੇ ਮੈਨੂੰ ਐਦਾ ਲੱਗਦਾ ਕਿ ਕਿਸਾਨ ਅੰਦੋਲਨ ਨੇ ਔਰਤ ਨੂੰ ਜਾਂ ਔਰਤਾਂ ਨੇ ਕਿਸਾਨ ਅੰਦੋਲਨ ਦੇ ਰੂਬਰੂ ਹੋ ਕੇ ਇਹ ਸਵਾਲ ਚੁੱਕਿਆ ਕਿ ਅਸੀਂ ਕਿੱਥੇ ਖੜੀਆਂ ਹਾਂ ਪੋਲੀਟਿਕਲੀ ਅਸੀਂ ਕਿੱਥੇ ਖੜੀਆਂ ਅਸੀਂ ਇਸ ਦਾ ਜਵਾਬ ਆਪਣੇ ਆਪ ਨੂੰ ਵੀ ਦੇਣਾ ਹੈ ਨਾਲ ਵਾਲਿਆਂ ਨੂੰ ਵੀ ਦੇਣਾ ਹੈ ਆਪਣੀਆਂ ਨਾਲ ਦੀਆਂ ਔਰਤਾਂ ਨੂੰ ਵੀ ਦੇਣਾ ਅਸੀਂ ਇੱਕ ਦੂਜੇ ਨੂੰ ਇਹ ਸਵਾਲ ਪੁੱਛਣੇ ਨੇ ਸੋ ਫਿਰ ਉੱਥੋਂ ਅੰਦਰਲੀ ਜਿਹੜੀ ਪੋਲਿਟਿਕਸ ਆ ਭਾਵੇਂ ਉਹ ਕਲਾਸ ਦੀ ਹੋਏ ਔਰਤਾਂ ਦੇ ਵਿੱਚੋਂ ਹੀ ਭਾਵੇਂ ਉਹ ਜਾਤ ਦੀ ਪੋਲਿਟਿਕਸ ਹੋਏ ਭਾਵੇਂ ਉਹ ਰਿਲੀਜੀਅਨ ਦੀ ਪੋਲਿਟਿਕਸ ਹੋਏ ਸੋ ਉਹ ਸਾਰੇ ਸਵਾਲ ਜਿਹੜੇ ਨੇ ਉਹ ਉਹਦੇ ਅੰਦਰੋਂ ਹੋ ਚੁੱਕੇ ਜਾਣਗੇ ਤੇ ਚੁੱਕੇ ਗਏ ਵੀ ਨੇ ਕਿਸਾਨ ਅੰਦੋਲਨ ਦੇ ਵਿੱਚ ਵੀ ਚੁੱਕੇ ਗਏ ਨੇ ਜਿੱਥੇ ਔਰਤਾਂ ਇੱਕ ਦੂਜੇ ਨੂੰ ਇਹ ਸਵਾਲ ਕਰ ਰਹੀਆਂ ਨੇ ਕਿ ਉਹ ਜਿਹੜਾ ਲਾਲ ਕਿਲੇ ਦੇ ਉੱਤੇ ਝੰਡਾ ਫੈਰਾਇਆ ਗਿਆ ਸੀ ਉਹਦੇ ਰੰਗ ਦੇ ਨਾਲ ਮੈਂ ਕਿਤੇ ਮੇਰਾ ਮੇਰੀ ਸੋਚ ਦਾ ਰੰ ਮਿਲਦਾ ਹੈ ਉਹਦੇ ਨਾਲ ਜਾਂ ਨਹੀਂ ਮਿਲਦਾ ਹੈ ਸੋ ਇਹ ਜਿਹੜੀਆਂ ਗੱਲਾਂ ਨੇ ਮੈਨੂੰ ਲੱਗਦਾ ਬਹੁਤ ਸਾਰੇ ਸਵਾਲ ਲਗਾਤਾਰ ਕਿਸਾਨ ਅੰਦੋਲਨ ਦੇ ਰੂਬਰੂ ਮੈਂ ਨਹੀਂ ਕਹਾਂਗੀ ਰੂਬਰੂ ਐਦਾਂ ਜਿਵੇਂ ਤੁਸੀਂ ਬਾਹਰ ਖੜੇ ਹੋ ਕੇ ਗੱਲ ਕਰ ਰਹੇ ਹੋ ਬਟ ਹਿੱਸਾ ਹੋ ਕੇ ਸਵਾਲ ਜਿਹੜੇ ਨੇ ਬਟ ਔਰਤ ਡੈਫੀਨਿਟਲੀ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਦੈਟ ਐਜ਼ ਅ ਪੋਲਿਟੀਕਲ ਬੀਇੰਗ ਐਜ਼ ਅ ਪੋਲਿਟੀਕਲ ਐਕਟ ਸ਼ੀ ਹੈਜ਼ ਕਮ ਔਨ ਦਿ ਸੈਂਟਰ ਸਟੇਜ ਸ਼ੀ ਇਜ਼ ਸੇਇੰਗ ਦੈਟ ਯੈਸ politics hmm. uh, here is I not here i am ha ha it's it's something which is all about citizenship also hmm. in the age of capital ਪੂੰਜੀ ਦੇ ਯੁੱਗ ਦੇ ਵਿੱਚ ਉਹ ਨਾਗਰਿਕਤਾ ਦੇ ਸਵਾਲ ਸਾਰੇ ਨਾਗਰਿਕ ਸਾਹਮਣੇ ਹੁਣ ਆ ਚੜ੍ਹਿਆ ਹੈ। ਉਹ ਸਮੂਹ ਨਾਗਰਿਕ ਜਿਹੜੇ ਨੇ ਹਿੰਦੁਸਤਾਨ ਦੀ ਰਾਜ ਸੱਤਾ ਨੂੰ ਵੀ ਕੁਐਸਚਨ ਕਰ ਰਹੀਆਂ ਨੇ ਤੇ ਜਿਹੜੀ ਸੱਤਾ ਅਸੀਂ ਪਿਤਰੀ ਸੱਤਾ ਆਪਣੇ ਸਮਾਜ ਵਿੱਚ ਬਣਾ ਰੱਖੀ ਹੈ ਉਹਤੇ ਵੀ ਕੁਐਸਚਨ ਕਰ ਰਹੀਆਂ ਨੇ। ਉਹਤੇ ਵੀ ਕੁਐਸਚਨ ਕਰ ਰਹੀ ਹੈ ਤੇ ਜਿਹੜੇ IMF ਵਰਗੇ ਇੰਸਟੀਟਿਊਸ਼ਨਸ ਨੇ ਜਿਹੜੇ ਕਹਿੰਦੇ ਨੇ ਤੁਸੀਂ ਕੱਟ ਕਰ ਦਿਓ ਸਾਰੇ ਸੋਸ਼ਲ ਸਿਕਿਉਰਿਟੀ ਮੈਜਰਸ ਤੇ ਉਸ ਤੋਂ ਬਾਅਦ ਆਪਣੀ ਖੇਤੀ ਔਰ ਇਹ ਸਾਰੇ ਕਿਉਂਕਿ ਅਜੰਡਾ ਬਾਹਰ ਉੱਤੋਂ ਆ ਰਿਹਾ ਹੁੰਦਾ ਹੈ। ਇਹ ਅਜੰਡਾ ਸਿਰਫ ਇੱਥੋਂ ਨਹੀਂ ਆ ਰਿਹਾ ਹੁੰਦਾ। ਨੈਸ਼ਨਲ ਡ ਵੀ ਆ ਰਿਹਾ ਹੁੰਦਾ ਸੋ ਉੱਥੋਂ ਅੰਤ ਨੂੰ ਕਿਦੇ ਉੱਤੇ ਕਿਨੇ ਚੱਲਣਾ ਹੈ ਉਹਦੀ ਮਾਰ ਕਿਨੇ ਚੱਲਣੀ ਹੈ ਪੂੰਜੀ ਦੀ ਸੋ ਉੱਥੇ ਵੀ ਉਹ ਖੜੀ ਹੋ ਕੇ ਸਵਾਲ ਜੋ ਹੈ ਪੁੱਛ ਰਿਓ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਕੱਠੀਆਂ ਹੋ ਕੇ ਆ ਰਹੀਆਂ ਨੇ ਐਂਡ ਊਮਨ ਐਜ਼ ਅ ਪੋਲਿਟੀਕਲ ਬੀਇੰਗ ਇਜ਼ ਨਾਓ ਔਨ ði ਸੈਂਟਰ ਸਟੇਜ ਐਸ ਇੰਟਰਸਟਿੰਗ ਸਰ ਜੀ ਤੁਸੀਂ ਅਸੀਂ ਜਦੋਂ ਵੀ ਔਰਤਾਂ ਦੇ ਮਸਲੇਆ ਬਾਰੇ ਟੀਵੀ ਦੇ ਉੱਤੇ ਗੱਲਬਾਤ ਵਿੱਚ ਅਕਸਰ ਔਰਤ ਪੈਨਲਿਸਟ ਹੁੰਦੀਆਂ ਨੇ ਇੱਕ ਪ੍ਰिजन ਅਸੀਂ ਬਣਾਈ ਹੋਈ ਹੈ ਕਿ ਜੇਲ ਬਣਾਈ ਹੋਈ ਹੈ ਕਿ ਵਿਮਨਜ਼ ਇਸ਼ੂਸ ਦੀ ਹੈ ਜੇਲ ਇਹ ਵਾਲੇ ਵਿਮਨਜ਼ ਇਸ਼ੂਸ ਹੁੰਦੇ ਨੇ ਇੱਕ ਤਾਂ ਕਿਸਾਨ ਅੰਦੋਲਨ ਨੇ ਪੰਜਾਬ ਦੇ ਵਿੱਚ ਬਾਕੀ ਜਗ੍ਹਾ ਤੇ ਤਾਂ ਪਹਿਲਾਂ ਵੀ ਟੁੱਟਿਆ ਹੀ ਆ ਚਿਪਕੋ ਮੂਵਮੈਂਟ ਵੇਲੇ ਵੀ ਅਸੀਂ ਦੇਖਿਆ ਅਜੇ ਕਿ ਚਿਪਕੋ ਤਾਂ 70s ਦੀ ਸੀਗੀ ਉਸ ਤੋਂ ਬਾਅਦ ਵੀ ਜਿਹੜੇ ਤਾਮਿਲਨਾਡੂ ਵਾਲੇ ਕੋਰਡਨ ਕੋਲਮ ਦੇ ਪ੍ਰੋਟੈਸਟ ਸੀਗੇ ਕੋਡੰਮਸ਼ੇਰੀ ਦੀ ਜਿਹੜੀ ਮੂਵਮੈਂਟ ਹੈ ਕੋਆਪਰੇਟਿਵ ਕੇਰਲਾ ਦੀ ਹੁਣ ਤੋਂ ਬਹੁਤ ਸਟਰੋਂਗ ਹੈ ਫਿਰ ਬੋਪਾਲ ਡਿਸਾਸਟਰ ਦੇ ਵੇਲੇ ਵੀ ਮੈਂ ਦੇਖਿਆ ਕਿ ਜਿਹੜੀਆਂ ਔਰਤਾਂ ਨੇ ਉੱਥੇ ਲੀਡਰਸ਼ਿਪ ਬਹੁਤ ਜ਼ਬਰਦਸਤ ਅੰਦੋਲਨ ਦੀ ਲਈ ਰੱਖੀ ਹੈ ਪੰਜਾਬ ਦੇ ਵਿੱਚ ਇਸ ਖੇਤੇ ਦੇ ਵਿੱਚ ਆ ਕੇ ਜਿਹੜੀ ਉਹ ਵਿਮਨਸ ਇਸ਼ੂਸ ਵਾਲੀ ਪ੍ਰਿਜ਼ਮ ਨੂੰ ਤੋੜ ਕੇ ਐਗਰੀਕਲਚਰ ਦੀ ਇਹਨੂੰ ਪੰਜਾਬੀ ਵਿੱਚ ਕਿਦਾਂ ਕਹਾਂਗੇ ਮੈਂ ਕਹਿਣਾ ਚਾਹ ਰਿਹਾ ਕਿ ਐਗਰੀਕਲਚਰ ਦੀ ਫੈਮਿਨਾਈਜ਼ੇਸ਼ਨ ਵੀ ਥੋੜੀ ਕੀਤੀ ਹੈ ਨਾ ਫਿਰਦ ਕਹ ਰਹੀ ਸੀ ਕਿ ਜਦੋਂ ਤੁਸੀਂ ਕਿਸਾਨ ਦੀ ਗੱਲ ਕਰੋ ਨਾ ਤੇ ਕਿਸਾਨ ਆਂਦਾ ਹੈ ਕਿਸਾਨ ਜਾਂਦਾ ਹੈ ਕਿਸਾਨ ਮਿਲਦਾ ਹੈ ਕਿਸਾਨ ਖੇਤ ਵਿੱਚ ਜਾਂਦਾ ਹੈ ਉਹ ਕਿਸਾਨ ਜਾਂਦੀ ਹੈ ਕਿਸਾਨ ਮਿਲਦੀ ਹੈ ਕਿਸ ਕਿਸਾਨ ਜਾਂਦੀ ਇਹ ਤਾਂ ਹੁੰਦਾ ਹੀ ਨਹੀਂ ਹੈ ਨਾ ਅਸੀਂ ਉਹਨੂੰ ਮੈਸਕੁਲਿਨ ਫਿਗਰ ਬਣਾ ਦਿਆ ਜੇ ਬੱਚੇ ਨੂੰ ਕੀ ਹੈ ਕਿ ਕਿਸਾਨ ਦੀ ਫੋਟੋ ਬਣਾਤੇ ਉਹ ਆਦਮੀ ਦੀ ਹੀ ਫੋਟੋ ਬਣਾਉਂਦਾ ਹੈ ਔਰ ਪੀ ਸਾਈਨਾ ਤੁत्सा ਪਟਨਾਇਕ ਸਾਨੂੰ ਸਮਝਾਉਂਦੇ ਆ ਉਹਨਾਂ ਨੂੰ ਦਹ ਹੱਕੇ ਲਾਂਗੇ ਕਿ ਹਿੰਦੁਸਤਾਨ ਦਾ ਅਨਾਜ ਇਹਦਾ ਦਲਿਤ ਪ੍ਰੋਡਿਊਸ ਕਰਦਾ ਹੈ ਇਹਦੀ ਔਰਤ ਪ੍ਰੋਡਿਊਸ ਕਰਦੀ ਹੈ ਵੱਡਾ ਹਿੱਸਾ ਉਹਨਾਂ ਦਾ ਹੈ ਹਾਊ ਡੂ ਯੂ ਸੀ ਥਿਸ ਇਹ ਜਿਹੜੀ ਇੱਕ ਇਸ਼ੂਜ਼ ਦੀ ਅੱਗੇ ਵੱਧ ਕੇ ਓਨਰਸ਼ਿਪ ਲੈਣੀ ਤੇ ਵਰਲਡ ਬੈਂਕ ਤੋਂ ਆਈਐਮਐਫ ਤੋਂ ਲੈ ਕੇ ਤੇ ਖੇਤ ਤਿੰਨ ਖੇਤੀ ਬਿੱਲਾਂ ਤੱਕ ਤੇ ਘਰ ਦੇ ਵਿੱਚ ਪਿਤਰੀ ਸੱਤਾ ਤੱਕ ਹਰ ਕਿਸਮ ਦੇ ਵਢਾਂਗੇ ਦੀ ਮਾਰ ਜਿਹੜੀ ਔਰਤ ਸਹਿੰਦੀ ਆ ਉਹ ਹੁਣ ਅੱਗੇ ਆਪ ਨਾਗਰਿਕ ਬਣ ਕੇ ਆ ਰਹੀ ਆ ਹਾਊ ਡੂ ਯੂ ਸੀ ਥਿਸ ਰੈਵਿਊਸ਼ਨ ਇਜ਼ ਆਲਰੇਡੀ ਹੇਅਰ ਕਹ ਸਕਦੇ ਹਾਂ ਕੁਝ ਕੁਝ ਸ਼ਬਦਾਂ ਦੇ ਵਿੱਚ ਇਹਨੂੰ ਕਿਹਾ ਜਾ ਸਕਦਾ ਹੈ ਇੱਥੇ ਮੈਂ ਇੱਕ ਗੱਲ ਨੂੰ ਜ਼ਰੂਰ ਕਹੂੰਗੀ ਪਹਿਲਾਂ ਕਿ ਦੇਖੋ ਤੁਸੀਂ ਸਾਰਾ ਕੁਝ ਕਿਹਾ ਇੱਕ ਮੇਲ ਜਦੋਂ ਲੜ ਰਿਹਾ ਹੁੰਦਾ ਹੈ ਜਾਂ ਮੇਲ ਦੀ ਆਰਗੇਨਾਈਜੇਸ਼ਨ ਯੂਨਿਟੀ ਚ ਜਦੋਂ ਲੜ ਰਿਹਾ ਹੁੰਦਾ ਹੈ ਤਾਂ ਉਹਦੀ ਆਈਡਿਓਲੋਜੀ ਨੂੰ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਜਾਂ ਉਹ ਖੁਦ ਆਪਣੀ ਆਈਡਿਓਲੋਜੀ ਨੂੰ ਓਨ ਕਰਦੇ ਨੇ ਅਸੀਂ ਮਾਰਕਸਵਾਦੀ ਆ ਅਸੀਂ ਖੜਕੂ ਆ ਅਸੀਂ ਦਲਿਤਵਾਦੀ ਆ ਅਸੀਂ ਅੰਬੇਡ ਕ੍ਰਾਈਸਟ ਆ ਜੋ ਸੋ ਮਨੀ ਆਈਡਿਓਲੋਜੀਸ ਠੀਕ ਹੈ ਪਰ ਜਦੋਂ ਇੱਕ ਆਰਥ ਬੋਲਦੀ ਹੈ ਉਹ ਕਿਸੇ ਵੀ ਤਬਕੇ ਦੀ ਹੋਵੇ ਉਹਦੇ ਨਾਲ ਪਹਿਲਾਂ ਕੀ ਲੱਗਦਾ ਹੈ ਇਹ ਨਾਰੀਵਾਦੀ ਆ ਹੂੰ ਇਹ ਫੈਮਿਨਿਸਟ ਠੀਕ ਹੈ ਕੋਈ ਔਰਤ ਜਦੋਂ ਬੋਲੂਗੀ ਮਤਲਬ ਕਿੰਨੀਆਂ ਔਰਤਾਂ ਨੇ ਪੰਜਾਬ ਦੇ ਵਿੱਚ ਤੁਸੀਂ ਜਾਣਦੇ ਹੋ ਮੈਂ ਨਿੱਜੀ ਤੌਰ ਤੇ ਜਾਣਦੀ ਹਾਂ ਕਿਹੜੀ ਔਰਤ ਹੈ ਜਿਹੜੀ ਸਿਰਫ ਔਰਤ ਦੇ ਮਸਲਿਆਂ ਤੇ ਲੜ ਰਹੀ ਹੈ ਦੂਸਰੇ ਮਸਲਿਆਂ ਤੇ ਨਹੀਂ ਬੋਲਦੀ ਹੂੰ ਇਹ ਇੰਟਰਸਟਿੰਗ ਹੈ ਠੀਕ ਹੈ ਪਰ ਤੁਸੀਂ ਅਸਲ ਵਿੱਚ ਇਹ ਲਗਾਣਾ ਹੁੰਦਾ ਨਾ ਕਿ ਸਿਰਫ ਇੱਕ ਖਾਨੇ 'ਚ ਪਾ ਦਿੰਨੇ ਆ ਕਿ ਕਿਉਂਕਿ ਔਰਤ ਬੋਲ ਰਹੀ ਹੈ ਤਾਂ ਇਹ ਨਾਰੀਵਾਦੀ ਤਾਂ ਹੈ ਹੀ ਆ ਹੂੰ ਹਨਾ ਤਾਂ ਇੱਕ ਤਾਂ ਇਹ ਚੀਜ਼ ਇਸ ਇਸ ਚੀਜ਼ ਮੇਰਾ ਮਤਲਬ ਜਿਹਨੂੰ ਅਸੀਂ ਕਹਿੰਦੇ ਆ ਕਿ ਨਾਰੀਵਾਦੀ ਜਾਂ ਇਹ ਸਾਰੀ ਚੀਜ਼ ਔਰਤ ਦੇ ਵਿਸ ਹੈ ਜਦੋਂ ਤੁਸੀਂ ਉਹਦੇ ਤੇ ਇਹ ਜ਼ਿੰਮੇਵਾਰੀ ਪਾਤੀ ਫਿਰ ਤੋਂ ਆਪਣੇ ਬਾਰੇ ਸੋਚੇਗੀ ਹਮ ਆਪਣੇ ਨਾਲ ਦੇ ਬਾਰੇ ਸੋਚੇਗੀ ਸ਼ਾਇਦ ਮੈਨੂੰ ਮਾਰਕਸਿਸਟ ਬਣ ਕੇ ਜ਼ਿਆਦਾ ਠੀਕ ਲੱਗਦਾ ਹੋਵੇ ਮੈਂ ਔਰਤਾਂ ਬਾਰੇ ਉਸ ਤਰ੍ਹਾਂ ਗੱਲ ਨਾ ਕਰਨਾ ਚਾਹੁੰਦੀ ਮੈਂ ਪ੍ਰੋਲੇਟਾਰੀਆਂ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਵੱਡੇ ਪਰਸਪੈਕਟਿਵ ਦੇ ਵਿੱਚ ਗੱਲ ਕਰਨਾ ਚਾਹੁੰਦੀ ਹਾਂ ਪਰ ਕਿਉਂਕਿ ਤੁਸੀਂ ਮੇਰੀ ਉੱਥੇ ਗੱਲ ਨੂੰ ਛੁੱਟਿਆਤਾ ਉੱਥੇ ਮੇਰੇ ਤੋਂ ਵੱਡੇ ਲੀਡਰ ਤੁਹਾਡੇ ਕੋਲ ਹੋਰ ਨੇ ਉਹਨਾਂ ਮਸਲਿਆਂ ਤੇ ਗੱਲ ਕਰਨ ਦੇ ਲਈ ਤੁਸੀਂ ਮੈਨੂੰ ਵਿਮਨਡੇ ਤੇ ਬੁਲਾਉਂਗੇ ਜਾਂ ਯੂਨੀਵਰਸਿਟੀ ਮਤਲਬ ਬਾਕੀ ਥਾਵਾਂ ਦੇ ਉੱਤੇ ਔਰਤ ਨੂੰ ਐਜ਼ ਅ ਥਿੰਕਰ ਬੁਲਾਇਆ ਜਾਊਗਾ ਜਿੱਥੇ ਆਰਥ ਦੇ ਮਸਲੇ ਨੇ ਤੁਹਾਡੀ ਦੇ ਅੱਗੇ ਹੈ ਤੁਹਾਡੇ ਵਿਚਾਰਾਂ ਨਾਲੋਂ ਤੁਹਾਡੀ ਸਮਝ ਨਾਲੋਂ ਤੁਹਾਡੀ ਸਮਝ ਨੂੰ ਤੁਹਾਡੀ ਦੇ ਦੇ ਨਾਲ ਤੇ ਵਿੱਚੋਂ ਦੀ ਕਰਕੇ ਦੇਖਿਆ ਜਾਂਦਾ ਜਦੋਂ ਇਹ ਜਿੰਮੇਵਾਰੀ ਪੈ ਜਾਂਦੀ ਹੈ ਤਾਂ ਇਸ ਜਿੰਮੇਵਾਰੀ ਨੂੰ ਹੁਣ ਪੰਜਾਬ ਦੀ ਔਰਤਾਂ ਬਾਖੂਬੀ ਨਿਭਾ ਰਹੀਆਂ ਨੇ ਤੇ ਉਹਨਾਂ ਨੇ ਕਿਹਾ ਜੇ ਮਸਲਾ ਇਹ ਹੈ ਤਾਂ ਫਿਰ ਹੁਣ ਸਾਨੂੰ ਸਾਰਿਆਂ ਥਾਵਾਂ ਤੇ ਬਰਾਬਰੀ ਚਾਹੀਦੀ ਹੈ ਉਹਨਾਂ ਨੇ ਇਸ ਸੰਘਰਸ਼ ਦੇ ਵਿੱਚ ਜਿਹੜੀ ਅਸੀਂ ਉਹਦੇ ਵਿੱਚ ਉਹਨਾਂ ਨੇ ਮੈਂ ਨਹੀਂ ਕਹੂੰਗੀ ਅਸੀਂ ਸਾਰਿਆਂ ਨੇ ਜਿਹੜੇ ਵੀ ਇਸ ਮਸਲੇ ਨੂੰ ਲੈ ਕੇ ਚੱਲਦੇ ਨੇ ਖੂਬਸੂਰਤ ਗੱਲ ਇਹ ਹੋਈ ਹੈ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਉਹਨਾਂ ਨੇ ਗੱਲ ਕਿਹਾ ਕਿ ਵੱਡੇ ਮਸਲੇ ਨਾਲ ਨਾਲ ਚੱਲਣਗੇ ਪਰ ਜਿਹੜੀ ਬਹੁਤ ਨੇੜੇ ਦੀ ਹਰਾਰਕੀ ਹੈ ਬਹੁਤ ਨੇੜੇ ਦਾ ਦਮਨ ਹੈ ਉਹਨਾਂ ਨੂੰ ਪਹਿਲੀ ਵਾਰ ਇੱਕ ਉਹ ਔਰਤ ਜਿਹੜੀ ਨੂੰ ਪਹਿਲਾਂ ਇਹ ਗੱਲ ਸਮਝ ਨਹੀਂ ਸੀ ਆਉਂਦੀ ਹੁਣ ਉਹਨਾਂ ਨੂੰ ਸਮਝ ਆ ਰਹੀ ਹੈ ਪਹਿਲਾਂ ਜਦੋਂ ਅਸੀਂ ਧਰਨੇ ਤੇ ਜਾਂਦੇ ਸੀ ਕੋਈ ਗੱਲ ਕਰਦੇ ਸੀ ਮੈਂ ਆਪਣੇ ਘਰ ਦੀ ਗੱਲ ਕਰਾਂ ਨੇੜੇ ਤੇੜੇ ਦੀ ਗੱਲ ਕਰਾਂ ਤਾਂ ਉਹਨੂੰ ਲੱਗਦਾ ਸੀ ਇਹ ਕਿਹੜੀ ਔਰਤਾਂ ਨੇ ਜਿਹੜੀਆਂ ਹੱਕਾਂ ਹੁੱਕਾਂ ਦੀ ਗੱਲ ਕਰਦੀਆਂ ਨੇ ਸਾਨੂੰ ਤਾਂ ਬਰਾਬਰੀ ਮਿਲੀ ਹੋਈ ਅਸੀਂ ਤਾਂ ਘਰ ਦੀਆਂ ਰਾਣੀਆਂ ਹੂੰ ਠੀਕ ਹੈ ਜੀ ਜੀ ਮਤਲਬ ਨੇ ਵੀ ਦਿੱਤਾ ਮੈਨੂੰ ਵੀ ਕਹਿੰਦੀ ਹੈ ਨਾ ਕਿ ਇੱਕ ਸੁਗੜ ਔਰਤ ਹੋਣ ਤੇ ਬਦਚਲਣ ਔਰਤ ਹੋਣ ਦੇ ਵਿੱਚ ਇੱਕ ਬਹੁਤ ਬਰੀਕ ਲਾਈਨ ਹੈ ਸੁਗੜ ਔਰਤ ਤੇ ਬਦਚਲਣ ਔਰਤ ਠੀਕ ਹੈ ਤੁਸੀਂ ਘਰੇ ਹੋ ਆਪਣੇ ਘਰ ਨੂੰ ਸੰਭਾਲ ਰਹੇ ਹੋ ਬਹੁਤ ਸਿਆਣੇ ਹੋ ਪਰ ਉਸੇ ਸਾਰੀ ਸਿਆਣਪ ਦੇ ਨਾਲ ਜਦੋਂ ਤੁਸੀਂ ਸੜਕ ਤੇ ਹੋ ਕੋਈ ਪਤਾ ਨਹੀਂ ਕਦੋਂ ਤੁਹਾਡੀ ਕਿਸ ਤਰ੍ਹਾਂ ਦੀ ਕੈਰੈਕਟਰ ਅਸੈਸੀਨੇਸ਼ਨ ਕਰ ਦਿੱਤੀ ਜਾਊਗੀ ਤੇ ਤੁਹਾਡੇ ਤੇ ਕੀ ਇਲਜ਼ਾਮ ਲੱਗਣਗੇ ਤਾਂ ਉਹ ਔਰਤਾ ਜਿਹੜੀਆਂ ਦੇਖੋ ਇੱਕ ਗੱਲ ਹੋਰ ਮੈਂ ਤੁਹਾਨੂੰ ਧਿਆਨ ਦਿਵਾਉਣਾ ਚਾਹੂੰਗੀ ਕਿ ਜ਼ਮੀਨ ਹਜੇ ਪੰਜਾਬ ਦੇ ਵਿਚਾਰਤ ਕੋਲ ਨਹੀਂ ਹੈ ਠੀਕ ਹੈ ਉਹ ਮਤਲਬ ਅੱਜ ਤੋਂ ਲੈਂਡ ਓਨਰਸ਼ਿਪ ਕਿਸਾਨ ਕਿਸਾਨ ਵਰਤ ਦੇ ਕੋਲ ਜ਼ਮੀਨ ਆਪਣੀ ਨਹੀਂ ਹੈ ਉੱਥੇ ਮੇਲ ਲੜਨ ਗਏ ਨੇ ਆਪਣੀ ਜ਼ਮੀਨ ਦੇ ਲਈ ਆਪਣੀ ਪ੍ਰਾਪਰਟੀ ਦੇ ਲਈ ਔਰਤ ਉੱਥੇ ਲੜਨ ਗਈ ਸੀ ਆਪਣੇ ਪੁੱਤਾਂ ਆਪਣੇ ਪਤੀਆਂ ਤੇ ਆਪਣੇ ਘਰ ਵਾਲਿਆਂ ਦੀ ਉਹ ਮਾਂ ਵਾਂ ਪੈਣਾ ਧੀਆਂ ਦੇ ਰੂਪ ਵਿੱਚ ਉੱਤੇ ਗਈ ਸੀ ਜਿਹੜੀ ਤੁਸੀਂ ਕਿਹਾ ਕਿ ਉਹ ਪੋਲਿਟੀਕਲ ਬੀਇੰਗ ਦੇ ਰੂਪ ਵਿੱਚ ਨਹੀਂ ਸੀ ਗਈ ਪਰ ਉੱਥੇ ਜਾ ਕੇ ਉਹਨੂੰ ਸਮਝ ਆਇਆ ਕਿ ਖੇਡ ਕੁਝ ਹੋਰ ਹੈ ਉੱਥੇ ਉਹ ਪੋਲਿਟੀਕਲ ਸਿਟੀਜ਼ਨ ਦੇ ਤੌਰ ਦੇ ਉੱਤੇ ਨਹੀਂ ਬਣੀ ਜਦੋਂ ਸੁਣਿਆ ਉਹ ਬਾਹਰ ਨਿਕਲੀ ਉਹਨੂੰ ਗੱਲ ਸਮਝ ਆਉਂਦੀ ਹੈ ਹੁਣ ਸਾਡੀ ਗੱਲ ਸਮਝ ਆਉਂਦੀ ਹੈ ਜਦੋਂ ਅਸੀਂ ਕਹਿੰਦੇ ਹਾਂ ਕਿ ਇੱਥੇ ਔਰਤ ਹੈ ਪਰ ਇਹ ਕੁਝ ਖਾਸ ਰੋਲਾਂ ਦੇ ਵਿੱਚ ਹੀ ਕਿਉਂ ਹੈ ਲੰਗਰ ਪਕਾਉਂਦੇ ਹੋਏ ਕਿਉਂ ਹੈ ਇਹ ਖਾਸ ਤਰ੍ਹਾਂ ਦੇ ਸਲੋਗਨ ਨੂੰ ਰੀਪਰੈਜ਼ੈਂਟ ਕਿਉਂ ਕਰਦੀਆਂ ਨੇ ਇਹ ਨਰੇਂਦਰ ਤੋਮਰ ਪੀਸ ਗੁਰਦਾ ਨਾਲ ਅੰਦਰ ਕਮਰੇ ਵਿੱਚ ਕਿਉਂ ਨਹੀਂ ਆਂਦੇ 32 ਜਥੇਬੰਦੀਆਂ ਦੇ ਵਿੱਚ 32 ਜਥੇਬੰਦੀਆਂ ਦੀ ਲੀਡਰਸ਼ਿਪ ਦੇ ਵਿੱਚ ਕੋਈ ਔਰਤ ਕਿਉਂ ਨਹੀਂ ਹੈ ਜਿਹਨੂੰ ਆਪਣਾ ਸੋ ਕਾਲਡ ਥਿੰਕ ਟੈਂਕ ਕਹਿੰਦੇ ਨੇ ਉਹਨਾਂ ਚ ਔਰਤ ਕਿਉਂ ਨਹੀਂ ਹੈ ਜਿੰਨੀਆਂ ਵੀ ਲੜਨ ਵਾਲੀਆਂ ਟੀਰਾ ਨੇ ਉਹਨਾਂ ਦੀ ਇੰਟੈਲੀਜੈਂਸੀ ਦੇ ਵਿੱਚ ਉਹਨਾਂ ਦੇ ਸੋਚਨ ਵਿਚਾਰਨ ਸਮਝਣ ਵਾਲੇ ਖਾਨਿਆਂ ਦੇ ਵਿੱਚ ਔਰਤਾਂ ਕਿਉਂ ਨਹੀਂ ਹੈਗੀਆਂ ਉਹਨਾਂ ਦੀ ਸੇ ਕਿਉਂ ਨਹੀਂ ਹੈਗੀ ਜੇ ਅੱਧਾ ਅਸਮਾਨ ਔਰਤਾਂ ਨੇ ਮੰਗਣਾ ਤਾਂ ਜਿਹੜੀ ਗੱਲ ਇਹ ਕਹਿ ਰਹੇ ਨੇ ਕਿ ਜੀ ਮੇਰੇ ਪਹਿਲਾਂ ਸਭ ਤੋਂ ਪਹਿਲਾਂ ਦੇ ਆਂਦੀ ਹੈ ਜਾਂ ਮੇਰੀ ਔਰਤ ਦੀ ਪਛਾਣ ਆਂਦੀ ਹੈ ਦ ਅ ਟ੍ਰੂਥ ਇਜ਼ ਕਿ ਅਸੀਂ ਜਿੰਨਾ ਮਰਜ਼ੀ ਇੱਕਾਈ ਚਲੀਏ ਕਿ ਮੇਰੀ ਹਿੰਦੂ ਮੁਸਲਮ ਵਾਲੀ ਕੋਈ ਪਛਾਣ ਨਹੀਂ ਹੁੰਦੀ ਔਰਤ ਵਾਲੀ ਪਛਾਣ ਹੁੰਦੀ ਹੈ ਦ ਰਿਐਲਿਟੀ ਇਸ ਕਿ ਹਿੰਦੂ ਮੁਸਲਮ ਸਿੱਖ ਵਾਲੀਆਂ ਪਛਾਣਾਂ ਹੁੰਦੀਆਂ ਨੇ ਜਾਤ ਵਾਲੀਆਂ ਪਛਾਣਾਂ ਹੁੰਦੀਆਂ ਨੇ ਕਲਾਸ ਦੀਆਂ ਪਛਾਣਾਂ ਹੁੰਦੀਆਂ ਨੇ ਤੇ ਅੰਤ ਨੂੰ ਉਹਨਾਂ ਨਾਲ ਕਹਿਣਾ ਪਵੇਗਾ ਤੁਹਾਨੂੰ ਲੱਗਦਾ ਹੈ ਇਸ ਅੰਦੋਲਨ ਦੇ ਵਿੱਚ ਜਿਹੜੀਆਂ ਔਰਤ ਐਕਟਿਵਿਸਟ ਸਾਡੀਆਂ ਔਰ ਬਹੁਤ ਸਾਰੀਆਂ ਸਾਡੀਆਂ ਸਧਾਰਨ ਔਰਤਾਂ ਐਕਟਿਵਿਸਟ ਬਣ ਰਹੀਆਂ ਨੇ ਤੇ ਬਹੁਤ ਸਾਰੇ ਐਕਟਿਵਿਸਟਾਂ ਦੇ ਵੀ ਰਿਐਲਿਟੀਜ਼ ਉੱਪਰ ਕੇ ਸਾਹਮਣੇ ਆ ਰਹੀਆਂ ਨੇ ਜਿਬਤੀ ਆਰਗੇਨਾਈਜੇਸ਼ਨ ਏ ਇਹ ਨਾ ਸਮਾਜਿਕ ਰੈਲਿਟੀਆਂ ਨਾਲ ਖੇਡ ਗਿਆ ਤਾਂ ਇੱਕ ਅੰਦੋਲਨ ਦੇ ਅੰਦਰਲੇ ਵਿੱਡੇ ਹੋਏ ਅੰਦੋਲਨ ਇੱਥੇ ਅੱਛਾ ਖਾਸਾ ਜ਼ਿੰਦਗੀਆਂ ਦੇ ਵਿੱਚ ਖਲਲ ਪਾਣਗੇ ਉਹ ਜ਼ਰੂਰੀ ਹੈ ਖਲਲ ਪੈਣਾ ਮੈਨੂੰ ਲੱਗਦਾ ਹਰ ਵਾਰ ਮੈਂ ਇਹੀ ਗੱਲ ਕਹਿ ਰਹੀ ਹੁੰਦੀ ਹਾਂ ਕਿ ਉਹ ਖਲਲ ਜਿਹੜਾ ਹੈ ਉਹ ਜ਼ਰੂਰੀ ਹੈ ਤੇ ਉਹ ਸਾਰਿਆਂ ਲਈ ਬਹੁਤ ਹੀ ਮੈਂ ਕਹਾਂਗੀ ਬਹੁਤ ਹੈਲਦੀ ਹੈ ਹਾਂ ਉਹ ਮਰਦਾਂ ਲਈ ਵੀ ਔਰ ਪੈਟਰੀਆਰਕੀ ਵਰਗੀ ਜਿਹੜੀ ਬਿਮਾਰੀ ਹੈ ਇੱਕ ਉਹਨੂੰ ਠੀਕ ਕਰਨ ਲਈ ਜ਼ਰੂਰੀ ਹੈ ਕਿ ਉਹ ਖਲਲ ਪਾਇਆ ਜਾਏ ਤੇ ਉਹ ਖਲਲ ਪੈਣਾ ਚਾਹੀਦਾ ਬਟ ਉਹਦੇ ਨਾਲ ਮੈਂ ਇੱਕ ਵਾਪਿਸ ਇਸ ਗੱਲ ਤੇ ਜਾਵਾਂਗੀ ਜਦੋਂ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਜਿਹੜੀ ਵੀ ਔਰਤ ਗੱਲ ਕਰਦੀ ਹੈ ਹਕਾਕ ਲਈ ਨਾਰੀਵਾਦੀ ਕਿਹਾ ਜਾਂਦਾ ਪਰ ਇੱਥੇ ਮੈਂ ਬਿਲਕੁਲ ਇਹ ਕਹਾਂਗੀ ਕਿ ਨਾਰੀਵਾਦੀ ਹੋਣ ਦੀ ਜਿਹੜੀ ਪੋਲਿਟਿਕਸ ਹੈ ਉਹ ਕੀ ਹੈ ਇਹ ਡਿਫਾਈਨ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਨਾਰੀਵਾਦੀ ਹੋਣ ਦੀ ਪੋਲਿਟਿਕਸ ਜਿਹੜੀ ਹੈ ਉਹ ਜਦੋਂ ਮੈਂ 90 ਦੇ ਦਹਾਕਿਆਂ ਨੂੰ ਯਾਦ ਕਰਦੀ ਹੋਈ ਰਾਮ ਜਨਮ ਮੀ ਮੂਵਮੈਂਟ ਦੀ ਗੱਲ ਕਰਦੀ ਆ ਉਦੋਂ ਜਿਹੜੀਆਂ ਔਰਤਾਂ ਖੜੀਆਂ ਸੀ ਉਹ ਬਿਲਕੁਲ ਇਹ ਕਹਿ ਰਹੀਆਂ ਸੀ ਕਿ ਅਸੀਂ ਨਾਰੀਵਾਦੀ ਆ ਅਸੀਂ ਨਾਰੀਵਾਦੀ ਹੋਣ ਲਈ ਆ ਉਹ ਸਭ ਨਾਰੀਵਾਦੀ ਹੋ ਰਹੀ ਸੀ ਸਭ ਨਾਰੀਵਾਦੀ ਹੁੰਦੀਆਂ ਨੇ ਅੱਜ ਵੀ ਬਹੁਤ ਸਾਰੀਆਂ ਜਿਹੜੀਆਂ ਸੜਕਾਂ ਦੇ ਉੱਤੇ ਚੰਦੇ ਮੰਗਦੀਆਂ ਫਿਰਦੀਆਂ ਨੇ ਰਾਮ ਮੰਦਰ ਦੇ ਨਿਰਮਾਣ ਲਈ ਤੇ ਉਹ ਕਹਿੰਦੀਆਂ ਨੇ ਅਸੀਂ ਨਾਰੀਵਾਦੀ ਆ ਹੁਣ ਤੁਸੀਂ ਕਿਸ ਤਰ੍ਹਾਂ ਦੀ ਪੋਲਿਟਿਕਸ ਦੇ ਵਿੱਚ ਖੜੇ ਹੋ ਕਿੱਥੇ ਖੜੇ ਹੋ ਤੇ ਇਹ ਹੋਵੇਗਾ ਕਿ ਰਾਮਲੀ ਇੱਕ ਭਵਿਆ ਮੰਦਰ ਹੋਣਾ ਚਾਹੀਦਾ ਹਾਂ ਹਾਂ ਪਰ ਮੈਨੂੰ ਅੱਧਾ ਲੱਗਦਾ ਮੈਨੂੰ ਉਦੋਂ ਤੇ ਕੋਈ ਇਤਰਾਜ਼ ਨਹੀਂ ਮੈਂ ਤਾਂ ਇਨਸ਼ਾਅੱਲਾ ਜ਼ਰੂਰ ਅੱਛਾ ਭਵਾਂ ਮੰਦਰ ਬਣ ਮੰਦਰ ਬੜਨਾ ਚਾਹੀਦਾ ਹੈ ਮਨ ਲੱਗਦਾ ਕਿ ਇਹ ਪੋਲਿਟਿਕਸ ਜਿਹੜੀ ਹੈਗੀ ਆ ਯੂ نو ਵੀ ਆਰ ਨਾਟ ਸਿ ਸਿਰਫ ਇਕ ਫੇਥ ਇਕ ਬਲੀਫ ਦੀ ਗੱਲ ਨਹੀਂ ਕਰ ਰਿਹਾ ਸੀ ਅਸੀਂ ਅਸੀਂ ਇੱਥੇ ਇੱਕ ਪੋਲਿਟੀਕਲ ਪ੍ਰੋਜੈਕਟ ਦੀ ਗੱਲ ਕਰ ਰਹੇ ਹਾਂ ਜਦੋਂ ਅਸੀਂ ਰਾਮ ਮੰਦਰ ਦੀ ਗੱਲ ਕਰ ਰਹੇ ਹਾਂ ਜੀ ਮੈਨੂੰ ਬ੍ਰੇਕ ਮੈਨੂੰ ਬ੍ਰੇਕ ਲਈ ਮੈਨੂੰ ਬ੍ਰੇਕ ਲਈ ਰੁਕਣਾ ਪੈ ਰਿਹਾ ਹੈ ਮੈਨੂੰ ਪਤਾ ਹੈ ਕਿ ਇਸ ਇਸ ਪਾਰਟिकुलर ਪੁਆਇੰਟ ਦੇ ਉੱਤੇ ਵੀ ਐਚੀ ਅਚਾ ਕਾਸਾ ਯੂ نو ਯੂ ਕੈਨ ਗੋ ਇੰਟੂ ਦੈਟ ਟ੍ਰੈਂਡਰੀ ਮੂਡ ਉਹਨੂੰ ਮੈਂ ਅਵੋਇਡ ਕਰਦਾ ਹੋਇਆ ਕਿਉਂਕਿ ਮੈਂ ਚਾਹ ਰਿਹਾ ਕਿ ਇੱਕ ਕਿਸਾਨ ਅੰਦੋਲਨ ਤੇ ਔਰਤਾਂ ਤੇ ਬਾਹਰ ਆਊਟਸਾਈਡ ਵੀ ਜਿਹੜਾ ਵੱਡਾ ਇੱਕ ਫੈਮਿਨਿਸਟ ਮੂਵਮੈਂਟ ਹੈ ਇੱਕ ਜਿੱਥੇ ਇੰਟਰਸੈਕਟ ਕਰਦੇ ਨੇ ਇੱਥੇ ਗੱਲਬਾਤ ਜਾਰੀ ਰੱਖੀਏ ਬਟ ਆਫਟਰ ਥਿਸ ਬ੍ਰੇਕ ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਚਰਚਾ ਕਰ ਰਹੇ ਹਾਂ ਔਰਤ ਦਿਵਸ ਦੇ ਉੱਤੇ ਕਿਸਾਨ ਅੰਦੋਲਨ ਚ ਸਰਕਾਰ ਦੀ ਛਾਤੀ ਤੇ ਕੀ ਐਡਰੈਸ ਆ ਸਰਕਾਰ ਦੀ ਛਾਤੀ ਦਾ ਅੱਜਕੱਲ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਿੱਥੇ ਅੰਦੋਲਨ ਪੱਕਿਆ ਹੋਇਆ ਉੱਥੇ ਔਰਤਾਂ ਦਾ ਅੰਦੋਲਨ ਵੀ ਨਾਲ ਕਿਵੇਂ ਪੱਕਿਆ ਹੋਇਆ ਹੈ ਸਾਡੇ ਨਾਲ ਚਰਚਾ ਵਿੱਚ ਸ਼ਾਮਲ ਨੇ ਨਵਪ੍ਰੀਤ ਕੌਰ ਜੀ ਅਤੇ ਸਰਬਜੀਤ ਕੌਰ ਜੀ ਸਰਬਜੀਤ ਇੱਕ ਜਿਸ ਵੇਲੇ ਵੀ ਕਿਸਾਨ ਅੰਦੋਲਨ ਦੇ ਸੰਦਰਭ ਦੇ ਵਿੱਚ ਔਰਤਾਂ ਦੇ ਰੋਲ ਦੀ ਗੱਲ ਹੁੰਦੀ ਹੈ ਤਾਂ ਅਕਸਰ ਉਹ ਕੁਝ ਕਰਦੀਆਂ ਹੋਈਆਂ ਦਿਖਾਈ ਦਿੰਦੀਆਂ ਨੇ ਕਿਉਂਕਿ ਸਾਡਾ رابطہ ਉੱਥੇ ਜਾ ਕੇ ਸਟੇਜ ਦੇ ਉੱਤੇ ਦੇਖਣ ਦਾ ਤੇ ਜਾਂ ਟੀਵੀ ਦੀ ਸਕਰੀਨ ਦੇ ਉੱਤੋਂ ਦੇਖਣ ਦਾ ਕਿ ਔਰਤਾਂ ਕੀ ਕਰ ਰਹੀਆਂ ਨੇ ਤੇ ਜਾਂ ਉਹ ਲੰਗਰ ਬਣਾ ਰਹੀਆਂ ਨੇ ਅ ਕਦੀ ਕਦੀ ਜਦੋਂ ਮੋਰਚਾ ਭਖਦਾ ਤਾਂ ਉਹ ਟਰੈਕਟਰ ਚਲਾ ਰਹੀਆਂ ਨੇ ਅ ਜਾਗਰੂਕਤਾ ਲਈ ਵੀ ਜਦੋਂ ਔਰਤਾਂ ਦਾ ਟਰੈਕਟਰ ਮਾਰਚ ਇੱਕ ਅਲੱਗ ਕਿਸਮ ਦੀ ਬਣ ਗਈ ਬਣ ਕੇ ਉੱਭਰਿਆ ਅ ਜਾਂ ਉਹ ਬੋਲੀਆਂ ਪਾ ਰਹੀਆਂ ਨੇ ਇੱਕ ਵਨਗੀ ਸ਼ੁਰੂ ਦੇ ਵਿੱਚ ਉਭਰੀ ਸੀ 26 ਜਨਵਰੀ ਤੋਂ ਪਹਿਲਾਂ ਕਿ ਉਹ XYZ ਦਾ ਪਿੱਟ ਸਿਆਪਾ ਕਰ ਰਹੀਆਂ ਨੇ ਵੈਨ ਪਾ ਰਹੀਆਂ ਨੇ ਇਹ ਪਰਫਾਰਮੈਂਸ ਆਰਟ ਤੋਂ ਅੱਗੇ ਦਾ ਜਿਹੜਾ ਸਟੈਪ ਹੈ ਜਿੱਦੇ ਤੁਸੀਂ ਕਹਿੰਦੇ ਹੋ ਕਿ ਉਹਨਾਂ ਆਰਗੇਨਾਈਜੇਸ਼ਨਸ ਦੇ ਵਿੱਚ ਸਾਡੀ ਲੀਡਰਸ਼ਿਪ ਕਿੱਥੇ ਹੈ ਔਰਤਾਂ ਦੇ ਜਿਹੜੇ ਜਿਹੜੇ ਸਵਾਲ ਨਾਪਰੀ ਥੁਰਾਨੇ ਚੁੱਕੇ ਨੇ ਚਾਹੇ ਉਹ ਰਾਮ ਮੰਦਰ ਦੀ ਮੂਵਮੈਂਟ ਤੋਂ ਲੈ ਕੇ ਅੱਜ ਸਾਡੇ ਜੋ ਕਿ ਫੈਮਿਨਿਜ਼ਮ ਤੱਕ ਜਿਨ੍ਹਾਂ ਪ੍ਰਿਭਾਸ਼ਾਵਾਂ ਨਾਲ ਨਾਰੀਵਾਦ ਸ਼ਬਦ ਨੂੰ ਕਹਿਣਾ ਪੈ ਰਿਹਾ ਹੈ ਇਹ ਅੰਦੋਲਨ ਜਿਸ ਵੇਲੇ ਭਕੇਗਾ ਯੂ ਥਿੰਕ ਕਿ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਅਸੀਂ ਕਿਸਾਨ ਅੰਦੋਲਨ ਦੇ ਨਾਮ ਤੇ ਲੜ ਰਹੇ ਆ ਆਪਣੇ ਲਈ ਅੱਛੇ ਖਾਸੇ ਕੰਡੇ ਬੀਜ ਰਹੇ ਆ ਕਿਉਂਕਿ ਆਨ ਵਾਲੇ ਅੰਦੋਲਨਾਂ ਨਾਲ ਮੋਦੀ ਜੀ ਨੇ ਨਹੀਂ ਕਹਿਣਾ ਉਹ ਉਹ ਉਸ ਉਹ ਸਾਨੂੰ ਉਹਨਾਂ ਦੇ ਨਾਲ ਜਿਹੜਾ ਨਿਭਣਾ ਪੈਣਾ ਬਿਲਕੁਲ ਅਸੀਂ ਉਹ ਕੰਡੇ ਬੀਜ ਰਹੇ ਹਾਂ ਤੇ ਅਸਲ ਵਿੱਚ ਅਸੀਂ ਤਾਂ ਖੱਲਲ ਪੈਣਾ ਚਾਹੀਦਾ ਸਾਰਿਆਂ ਦੀਆਂ ਜ਼ਿੰਦਗੀਆਂ ਅਸਲ ਵਿੱਚ ਅਸੀਂ ਕੰਡੇ ਨਹੀਂ ਬੀਜ ਰਹੇ ਹੁੰਦੇ ਇਤਿਹਾਸਿਕ ਘਟਨਾਵਾਂ ਵਾਪਰਦੀਆਂ ਨੇ ਇਹਦੇ ਵਿੱਚੋਂ ਕੰਡੇ ਦਾ ਬੀਜ ਰਹਿਣਾ ਹੈ ਨਾ ਮੈਂ ਇਹੀ ਕਹਿਣਾ ਚਾਹੁੰਦੀ ਸੀ ਅਸੀਂ ਕੰਡੇ ਕੱਢ ਰਹੇ ਹਾਂ ਉਹ ਬੀਜੇ ਜਾ ਚੁੱਕੇ ਨੇ ਜਿੰਨਾ ਜਿਹੜੀਆਂ ਸਮੱਸਿਆਵਾਂ ਨੂੰ ਹੁਣ ਠੀਕ ਹੋਣ ਦੀ ਲੋੜ ਹੈ ਹਮ ਸਭ ਤੋਂ ਵੱਡੀ ਗੱਲ ਇਹ ਤੇ ਚਾਹੀਦੀ ਹੈ ਦੇਖਣ ਵਾਲੀ ਐਸਪੀ ਜੀ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਸਮਾਜ ਜ਼ਿਆਦਾ ਬਿਹਤਰ ਹੋਵੇ ਮਾਨਵੀ ਹੋਵੇ ਲੋਕਤੰਤਰੀਕ ਹੋਵੇ ਰਹਿਣ ਯੋਗ ਹੋਵੇ ਤਾਂ ਅਸੀਂ ਉਹਦੇ ਲਈ ਕੀ ਕਰ ਰਹੇ ਆ ਅਸੀਂ ਕਹਿੰਦੇ ਕਿ ਅਸੀਂ ਬਿਹਤਰ ਮਨੁੱਖ ਬਣਨ ਦੀ ਲੜਾਈ ਲੜ ਰਹੇ ਹਾਂ ਠੀਕ ਹੈ ਜੋ ਵੀ ਹੈ ਕਿ ਮਸਕੂਲਰ ਪੋਲਿਟਿਕਸ ਦੇ ਵਿੱਚ ਕਿਸ ਤਰ੍ਹਾਂ ਇਹ ਇਸ ਕਿਸਮ ਦਾ ਮਲੂਕ ਅੰਦੋਲਨ ਜਿਹੜਾ ਹੈ ਉਹ ਸਰਵਾਈਵ ਕਰੇਗਾ ਨਹੀਂ ਕਰੇਗਾ ਨਾ ਮਲੂਕ ਨਹੀਂ ਰਹੇਗਾ ਉਹ ਇਸੇ ਅੰਦੋਲਨ ਦੇ ਵਿੱਚ ਇੱਕ ਸਮੇਂ ਤੱਕ ਕੱਲੀ ਮੇਲ ਲੀਡਰਸ਼ਿਪ ਹੂੰ ਤੋਮਰ ਸਾਹਿਬ ਨਾਲ ਮੀਟਿੰਗ ਕਰਨ ਜਾਂਦੀ ਸੀ ਪਰ ਇੱਕ ਸਮੇਂ ਤੋਂ ਬਾਅਦ ਜਿਵੇਂ ਕਿਵੇਂ ਇੱਕ ਔਰਤ ਲੈਣੀ ਪਈ ਹੂੰ ਜਿਵੇਂ ਕਿਵੇਂ ਨੈਸ਼ਨਲ ਮੀਡੀਆ ਦੇ ਵਿੱਚ ਔਰਤ ਕੈਂਡੀਡੇਟ ਭੇਜਣੇ ਪਏ ਗੱਲ ਕਰਨ ਦੇ ਲਈ ਆਪਣੀਆਂ ਕੁੜੀਆਂ ਅੱਗੇ ਰੱਖਣੀਆਂ ਪਈਆਂ ਥੱਲੇ ਕੁੜੀਆਂ ਗੱਲ ਕਰ ਰਹੀਆਂ ਨੇ ਉਹਨਾਂ ਦੀ ਗੱਲ ਸੁਣਨੀ ਪੈ ਰਹੀ ਹੈ ਉਹਨਾਂ ਤੋਂ ਫੀਡਬੈਕ ਮੰਗੀ ਜਾ ਰਹੀ ਹੈ ਕਿਉਂਕਿ ਕਈ ਵਾਰੀ ਅਸੀਂ ਇਕੱਲੇ ਟੀਵੀ ਤੇ ਰਿਲਾਇ ਕਰਦੇ ਹਾਂ ਉੱਥੇ ਲੀਡਰਸ਼ਿਪ ਇੰਟਰਨਲ ਮਸਲਿਆਂ ਦੇ ਨਾਲ ਕਿਵੇਂ ਸਜਰੀ ਮੈਂ ਆਪਣੀ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਗੀ ਇਹਦੇ 'ਚ ਜਿਹੜੀ ਮੈਂ ਕਹਿਣਾ ਚਾਹੁੰਦੀ ਆ ਕਿ ਦੇਖੋ ਜਿਹੜੇ ਕੰਡਿਆਂ ਦੀ ਗੱਲ ਕਰ ਰਹੇ ਹਾਂ ਅਸੀਂ ਇਹ ਇੱਥੇ ਤੱਕ ਜਾਊਗਾ ਕਿ ਕੁੜੀਆਂ ਆਲਟੀਮੇਟਲੀ ਜ਼ਮੀਨ ਦੇ ਵਿੱਚ ਆਪਣਾ ਹਿੱਸਾ ਮੰਗਣਗੀਆਂ ਤੇ ਇਹਦੇ ਲਈ ਤਿਆਰ ਰਹਿਣਾ ਪਊਗਾ ਠੀਕ ਹੈ ਅੱਜ ਤੋਂ 30 ਸਾਲ ਪਹਿਲਾਂ ਮੇਰੇ ਦਾਦੀ ਜੀ ਦੇ ਬ੍ਰਦਰ ਨਹੀਂ ਸੀ ਮਤਲਬ ਇਹ ਤੁਸੀਂ ਵੀ ਕਿਹਾ ਉਹ ਮਤਲਬ ਪੋਸੀ ਪੋਸੀ ਪੋਸੀਬਿਲਟੀ ਤੋ ਨਹੀਂ ਆਪਾਂ ਦੇ ਜੀ ਆ ਰਹੇ ਨੇ ਔਰਤਾਂ ਦਾ ਇੱਕ ਸਿੰਘੂ ਬਾਰੀਕੀੜ ਪੁੱਟ ਗਏ ਸਿੰਘੂ ਬਾਰਡਰ ਤੱਕ ਐ ਦੁਬਾਰਾ ਪਿੰਡਾਂ ਚ ਜਾਏਗਾ ਹਾਂ ਉਹ ਪਿੰਡ ਪਿੰਡ ਐ ਸਿੰਘੂ ਬਾਰਡਰ ਬਣਨਗੇ ਪਿੰਡ ਪਿੰਡ ਬੈਰੀਕੇਡ ਪੁੱਟੇ ਜਾਣਗੇ ਕਰ ਕਰ ਸਿੰਘੂ ਬਾਰਡਰ ਬਣਨਗੇ ਆਪਦੀਆਂ ਦਹਲਿਜ਼ਾਂ ਸਿੰਘੂ ਟਿਕਰੀ ਬਣਨ ਗਈਆਂ ਸਾਨੂੰ ਇਹਦੇ ਲਈ ਤਿਆਰ ਰਹਿਣਾ ਪਊਗਾ ਅੱਜ ਇਹ ਗੱਲ ਕਿਸੇ ਨੂੰ ਅਜੀਬ ਲੱਗ ਸਕਦੀ ਹੈ ਪਰ ਮੈਂ ਤੁਹਾਨੂੰ ਇੱਕ ਥੋੜਾ ਪਿੱਛੇ ਲੈ ਜਾਂ ਕਿ 30 ਸਾਲ ਪਹਿਲਾਂ 40 ਸਾਲ ਪਹਿਲਾਂ ਜਦੋਂ ਮੇਰੇ ਦਾਦੀ ਦੇ ਬ੍ਰਦਰ ਉਦੋਂ ਇਸ ਗੱਲ ਨੂੰ ਸਹਣਾ ਲੋਕਾਂ ਲਈ ਬੜਾ ਔਖਾ ਸੀ ਚਾਚਿਆਂ ਲਈ ਤਾਇਿਆਂ ਲਈ ਸਹਣਾ ਬੜਾ ਔਖਾ ਸੀ ਕਿ ਕੁੜੀ ਜ਼ਮੀਨ ਕਿਵੇਂ ਲੈ ਗਈ ਚਾਚੇ ਤਾਏ ਬ੍ਰਦਰ ਦੀ ਅਨਹੋਂਦ ਦੇ ਵਿੱਚ ਜ਼ਮੀਨ ਦੀਆਂ ਕੁੜੀਆਂ ਥੋੜੀ ਮੰਗਦੀਆਂ ਨੇ ਜ਼ਮੀਨ ਦਾ ਜ਼ਮੀਨ ਦੇ ਮਾਲਕ ਹੁੰਦੇ ਸੀ ਜੇ ਤੁਹਾਡੇ ਭਤੀਜਾ ਨਹੀਂ ਹੈ ਤਾਂ ਕੁੜੀਆਂ 10 ਨੇ 4 ਨੇ 6 ਨੇ ਕੋਈ ਫਰਕ ਨਹੀਂ ਪੈਂਦਾ ਜ਼ਮੀਨ ਦੇ ਮਾਲਕ ਚਾਚੇ ਤਾਏ ਹੋਣਗੇ ਤੇ ਉਹ ਕੁੜੀਆਂ ਉਹਨਾਂ ਦੇ ਜ਼ਿਆਦਾ ਮਤਲਬ ਉਹਨਾਂ ਦੀਆਂ ਵਿਚਾਰੀਆਂ ਬਣ ਕੇ ਉਹਨਾਂ ਦੇ ਨਾਲ ਵਰਤਦੀਆਂ ਸੀ ਕਿ ਇਹ ਸਾਡੇ ਸਕੇ ਭਰਾ ਨਹੀਂ ਪਰ ਸਾਨੂੰ ਇਹਨਾਂ ਦੀ ਲੋੜ ਹੈ ਇੱਕ ਅੱਜ ਇਹ ਹੈ ਕਿ ਜੇ ਬ੍ਰਦਰ ਨਹੀਂ ਹੈ ਤਾਂ ਜ਼ਮੀਨ ਕੁੜੀਆਂ ਨੂੰ ਮਿਲੂਗੀ ਜਦੋਂ ਸਾਰਾ ਪੰਜਾਬ ਯੂਰਪ ਵੱਲ ਨੂੰ ਭੱਜ ਰਿਹਾ ਹੈ ਤਾਂ ਸਾਨੂੰ ਉਹਨਾਂ ਦੀ ਇਹ ਚੀਜ਼ ਸਿੱਖਣੀ ਪਊ ਉੱਥਾਲੀਆਂ ਕੁੜੀਆਂ ਕਿਉਂ ਨਹੀਂ ਦੱਸਣਗੀਆਂ ਕਿ ਇੱਥੇ ਤਾਂ ਮਾਲਕੀ ਬਰਾਬਰ ਹੈ ਬੀ ਰਾਈਟਸ ਕੀ ਹੁੰਦੇ ਨੇ ਤੇ ਡੈੱਟ ਟੈਕਸ ਕੀ ਹੁੰਦਾ ਹੈ ਇੱਕ ਚਾਰੇ ਪਾਸਿਓਂ ਪ੍ਰੈਸ਼ਰ ਪੈ ਰਿਹਾ ਹੈ ਇਹ ਕੰਡੇ ਮਤਲਬ ਕੰਡੇ ਤਾਂ ਮੈਂ ਇਹਨੂੰ ਨਾ ਕਹਾ ਕਿ ਇਹ ਬਹੁਤ ਵੱਡੇ ਚੈਲੰਜ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਜਿਹੜੇ ਉੱਥੇ ਜਾ ਕੇ ਔਰਤਾਂ ਨੂੰ ਟੀਵੀ ਤੇ ਦਿਖਾ ਕੇ ਕਹਿੰਦੇ ਨੇ ਕਿ ਅਸੀਂ ਬਹੁਤ ਬਦਲਦੇ ਤੇ ਬਹੁਤ ਲੋਕਤੰਤ੍ਰਿਕ ਇੰਟਰਸਟਿੰਗ ਨਾਪ੍ਰੀਤ ਕਿ ਆਕਸਫਾਮ ਇੰਡੀਆ ਦੀ ਰਿਪੋਰਟ ਮੈਨੂੰ ਇਹ ਕਹਿੰਦੀ ਹੈ ਕਿ 85% ਜਿਹੜਾ ਐਗਰੀਕਲਚਰ ਦੇ ਵਿੱਚ ਜਿਹੜਾ ਹਿੱਸਾ ਹੈ ਉਹ 85% ਉਹ ਜਿਹੜੀ ਸਾਡੀ ਵਰਕ ਫੋਰਸ ਹੈ ਵਿਮਨ ਦੀ ਉਹ ਐਗਰੀਕਲਚਰ ਦੇ ਵਿੱਚ ਹੈ ਸਿਰਫ 13% ਵਿਮਨ ਲੈਂਡ ਓਨ ਕਰਦੀਆਂ ਨੇ ਅੰਦੋਲਨ ਆ ਦੇਸ਼ ਦੇ ਅਜੇ ਖਿੱਤੇ ਵਿੱਚ ਚੱਲ ਰਿਹਾ ਹੈ ਜਿੱਥੇ ਇਹ ਬੜਾ ਬਹੁਤ ਡੀਪਲੀ ਪੈਟਰੀਆਰਕਲ ਹਰਟਲੈਂਡ ਹੈ ਜਿਹੜੇ ਯੂਪੀ ਦੇ ਬੈਡ ਲੈਂਡਸ ਹੈ ਮਤਲਬ ਇਸ ਤੋਂ ਜ਼ਿਆਦਾ ਪੈਟਰੀਆਰਕੀ ਜਿੱਥੇ ਕੋਈ ਬੱਚੀ ਦਾ ਔਰਤ ਦਾ ਸਿਰ ਵੱਢ ਕੇ ਤੇ ਸਿਰ ਨਾਲ ਲਿਜਾ ਰਿਆ ਥਾਣੇ ਕਿ ਜੀ ਮੈਂ ਵੱਢ ਦਿੱਤਾ ਜੇ ਓਨਰ ਕਿਲਿੰਗ ਹੋ ਰਹੀਆਂ ਨੇ ਜਿੱਥੇ ਆਪਣੀ ਬੱਚੀ ਨੂੰ ਮਾਰ ਕੇ ਤੇ ਬੰਦਾ ਥਾਣੇ ਜਾ ਰਿਹਾ ਭੱਜਣ ਦੀ ਜਗ੍ਹਾ ਕਿ ਜੀ ਮੈਂ ਮਾਰ ਦਿੱਤੀ ਜੇ ਉੱਥੇ লাশ ਪਈ ਜੇ ਉਸ ਜਗ੍ਹਾ ਦੇ ਉੱਤੇ ਔਰ ਪੰਜਾਬ ਦੇ ਵਿੱਚ ਵੀ ਮਾਈਂਡ ਸੈਟ ਬਹੁਤ ਪੈਟਰੀਆਰਕਲ ਨੇ ਹਰਿਆਣੇ ਦੇ ਵਿੱਚ ਬਹੁਤ ਪੈਟਰੀਆਰਕਲ ਨੇ ਅਸੀਂ ਉਹ ਖਾ ਪੰਚਾਇਤਾਂ ਦੇ ਉਹ ਦੌਰ ਦੇਖੇ ਨੇ ਉਨਾ ਹੀ ਖਾ ਪੰਚਾਇਤਾਂ 'ਚ ਉਨਾ ਹੀ ਵਿੜਿਆਂ ਦੇ ਵਿੱਚ ਕਿਸਾਨ ਅੰਦੋਲਨ ਪਖਿਆ ਹੋਇਆ ਤੇ ਉਸ ਕਿਸਾਨ ਅੰਦੋਲਨ ਨੇ ਔਰਤਾਂ ਦਾ ਇਹ ਅੰਦੋਲਨ ਵੀ ਨਾਲ ਪਖਾ ਰੱਖਿਆ ਸੋ ਇੱਕ ਵੱਡੀ ਕਨਫਲਿਕਟ ਦੀ ਇੱਕ ਵੱਡੀ ਟੱਕਰ ਦੀ ਇੱਕ ਵੱਡੇ ਖਲਲ ਦੀ ਤਿਆਰੀ ਇੱਥੇ ਹੋਈ ਪਈ ਹੈ 1 how do you how do you see this panning out further <laughs> in, go, going in future secondly mai eh naal hi tusi sawal le lo kyonki mai chanak tusi ik nishasth ji ikathe gal karo ik saada na public te private da ik parda system hai ke eh 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 private aur ta private oh public vich aa riyan ne ਉਹਨਾਂ ਦੇ ਜਿਹੜੇ ਡੋਮੈਸਟਿਕ ਕੰਮ ਹੁੰਦੇ ਸੀ ਖਾਣਾ ਪਕਾਣਾ ਸਫਾਈ ਕਰਨੀ ਗੋਹਾਪੂੜਾ ਉਹ ਸਭ ਪਬਲਿਕ ਦੇ ਵਿੱਚ ਆ ਕੇ ਕੀਤਾ ਜਾ ਰਿਹਾ ਹੈ ਅੰਦੋਲਨ ਦਾ ਹਿੱਸਾ ਬਣ ਰਿਹਾ ਥਿਸ ਇਜ਼ ਮੱਚ ਲਾਈਕ ਮੈਂ ਪਤਾ ਨਹੀਂ ਐਨਲੋਜੀ ਫਾਰ ਫੈਸ਼ਤ ਨਹੀਂ ਹੋਗੀ ਥਿਸ ਇਜ਼ ਮੱਚ ਲਾਈਕ ਗਾਂਧੀ ਕਿ ਚਰਖਾ ਕੱਤਨ ਦਾ ਜਿਹੜਾ ਐਕਟ ਹੈ ਉਹ ਲਿਆ ਕੇ ਪਬਲਿਕ ਕਲੈਕਟ ਹੋ ਜਾਂਦਾ ਪਬਲਿਕ ਫੇਰ ਦੇ ਜਾਂ ਫਿਰ ਉਹ ਪੋਲਿਟੀਕਲ ਬਣਦਾ ਹਾਂ ਉਹ ਜਿਵੇਂ ਇੱਥੇ ਮਤਲਬ ਲੰਗਰ ਪਕਾਉਣਾ ਇਜ਼ ਅ ਪੋਲਿਟੀਕਲ ਐਕਟ ਹਾਂ ਇਥੇ ਪੋਲੀਟੀਕਲ ਐਕਟ ਹੈ ਉਹ ਰੋਟੀਆਂ ਪਕਾਉਣੀਆਂ ਹਾਂ ਇਥੇ ਰੋਟੀਆਂ ਬਣਾਉਣੀਆਂ ਦੇ ਆਰ ਨਾਟ ਮੇਕਿੰਗ ਮਤਲਬ ਇਥੇ ਰੋਟੀ ਉਹ ਜਿਹੜੀ ਆ ਬਣਾ ਰਹੀ ਆ ਉਹ ਪੇਟਰੀਆਰਕੀ ਦੀ ਏਜੰਟ ਦੇ ਤੌਰ ਤੇ ਨਹੀਂ ਬਣਾ ਰਹੀ ਐ ਇਥੇ ਜਿਹੜਾ ਉਹ ਲੰਗਰ ਪਕਾ ਰਹੀ ਐ ਉਹ ਪੇਟਰੀਆਰਕੀ ਨੂੰ ਭੰਦੇ ਹੋਏ ਇੱਕ ਪੋਲੀਟੀਕਲ ਐਕਟ ਦੀ ਤਰ੍ਹਾਂ ਬਣਾ ਰਹੀ ਐ ਤੇ ਉਹ ਇੱਕ ਅੰਦੋਲਨ ਦੇ ਨਾਲ ਖੜੀ ਹੋ ਕੇ ਉਹ ਪੇਟਰੀਆਰਕੀ ਦਾ ਸਿਰ ਭੰਨ ਕੇ ਬਣਾ ਰਹੀ ਐ ਹਾਂ ਸਿਰ ਭੰਨ ਕੇ ਬਣਾ ਰਹੀ ਐ ਤੇ ਜਦੋਂ ਮੈਂ ਤੁਹਾਨੂੰ ਉਹ ਇਮੇਜਸ ਦਿਖਦੀਆਂ ਨੇ ਮੈਨੂੰ ਉਹ ਇਮੇਜਸ ਵੀ ਦਿਖਦੀਆਂ ਨੇ ਜਿੱਥੇ ਬਹੁਤ ਸਾਰੇ ਮਰਦ ਜਿਹੜੇ ਨੇ ਅੰਦੋਲਨ ਤੁਹਾਡੀ ਸਿਚੁਏਸ਼ਨ ਦੇ ਹਿਸਾਬ ਨਾਲ ਫੋਰਸ ਕੀਤਾ ਗਿਆ ਹੋ ਜਿਹੜਾ ਕਿ ਬਹੁਤ ਸਾਰੇ ਇੱਕ ਤੁਹਾਨੂੰ ਤਾਂ ਜਾਣ ਕੇ ਡਾਕਟਰ ਉਹਨਾਂ ਦੀ ਵੈਲਨ ਨੂੰ ਬਾਪੂ ਨਾਲ ਹੁਣ ਆਈਡੈਂਟੀਫਾਈ ਕਰੇਗੀ ਨਾ ਮਾਈਗ੍ਰੈਂਟਸ ਨੇ ਉਹਨਾਂ ਦੇ ਨਾਲ ਹੁੰਦਾ ਹੀ ਹੈ कि ਜਦੋਂ ਉਹ ਬਾਹਰ ਹੁੰਦੇ ਨੇ ਆਪਣੇ ਘਰਾਂ ਤੋਂ ਤੇ ਉਹ ਖਾਣੇ ਬਣਾ ਰਹੇ ਹੁੰਦੇ ਨੇ ਜਦੋਂ ਉਹ ਵਾਪਸ ਆਪਣੇ ਘਰੇ ਜਾਂਦੇ ਨੇ ਭਾਵੇਂ ਉਹ ਯੂਪੀ ਆ ਬਿਹਾਰ ਦੇ ਵਿੱਚ ਹੋਏ ਤੇ ਉਹ ਕਹਿੰਦੇ ਜਾਂ ਜਾ ਕੇ ਮੇਰੇ ਲਈ ਖਾਣਾ ਬਣਾ ਕੇ ਲੈ ਕੇ ਆ ਤੇ ਪਾਣੀ ਵੀ ਲੈ ਕੇ ਆਉਂਦੇ ਪਾਣੀ ਦਾ ਗਲਾਸ ਨਹੀਂ ਚੁੱਕਦੇ ਸੋ ਇਟਸ ਪਰ ਜਿਹੜਾ ਤੁਸੀਂ ਇਹ ਸਵਾਲ ਪੁੱਛਿਆ ਹੈਗਾ ਲਾਰਜਰ ਸਵਾਲ ਕੀ ਇਹ ਪੈਨ ਆਊਟ ਕਰੇਗਾ ਹੈਨਾ ਕਿਸ ਤਰੀਕੇ ਨਾਲ ਪੈਨ ਆਊਟ ਕਰੇਗਾ ਮੈਨੂੰ ਅਦਾ ਲੱਗਦਾ ਪੈਟਰਿਆਰਕੀ ਦੀਆਂ ਜੜਾਂ ਜਿਹੜੀਆਂ ਨੇ ਉਹ ਡੁੰਗੀਆਂ ਨੇ ਤੇ ਉਹਦੇ ਨਾਲ ਉਹਦੇ ਉੱਤੇ ਜਿਹੜੀ ਮਾਰ ਪਈ ਹੈ ਜਿਸ ਅਸੀਂ ਇੱਕ ਇਨਸਾਨ ਅੰਦੋਲਨ ਨੂੰ ਮੈਂ ਇੱਕ ਬਿਲਕੁਲ ਲਾਰਜਰ ਸੈਂਸ ਦੇ ਵਿੱਚ ਦੇਖਦੀ ਹਾਂ ਜਿੱਥੇ ਕਿ ਉਹ ਜਿਹੜਾ ਕੈਪੀਟਲ ਗਲੋਬਲ ਕੈਪੀਟਲ ਹੈ ਹਾਂ ਉਹਦੇ ਨਾਲ ਨਜਿੱਠ ਰਿਹਾ ਹੈ ਉਹਦੇ ਖਿਲਾਫ ਇੱਕ ਬੜਾ ਪ੍ਰੋਟੈਸਟ ਹੈ ਮਤਲਬ ਉਹਦੀਆਂ ਵਰਕਿੰਗਸ ਦੇ ਖਿਲਾਫ ਬੜਾ ਪ੍ਰੋਟੈਸਟ ਹੈ ਸੋ ਇੱਥੇ ਸਾਨੂੰ ਜਿਹੜੀ ਆਪਣੀ ਮਾਰ ਜਿੱਥੇ ਜਿੱਥੇ ਸਾਨੂੰ ਪੈ ਰਹੀ ਆ ਉਹ ਸਾਡੇ ਜਿਹੜੀਆਂ ਲੋਕਲ ਹਿੰਟਰਲੈਂਡਸ ਨੇ ਹੈਨਾ ਜਿੱਥੋਂ ਆਨਰ ਕਿਲਿੰਗਜ਼ ਹੋਰੇ ਸਾਰਾ ਕੁਝ ਹੋ ਰਿਹਾ ਹੈ ਪਲੱਸ ਦੋਰੀ ਜਿਹੜੀ ਪੂੰਜੀ ਦੀ ਮਾਰ ਪੈ ਰਹੀ ਹੈ ਉਹ ਵੀ ਸੋ ਸਾਡੇ ਤੇ ਖਤਰੇ ਇੰਨੇ ਜ਼ਿਆਦਾ ਪੈ ਨੇ ਤੇ ਤੁਸੀਂ ਔਰਤ ਮੈਨੂੰ ਦੱਸੋ ਕਿ ਉਹ ਮਤਲਬ ਦਿਸਦੀ ਜ਼ਰੂਰ ਹੈ ਹਨਾ ਤੁਸੀਂ ਦੇਖਿਆ ਕਿ ਪ੍ਰੋਟੈਸਟ ਦੇ ਵਿੱਚ ਵੀ ਕਿਸ ਤਰੀਕੇ ਨਾਲ ਮਤਲਬ ਬਹੁਤ ਔਖੇ ਹੋ ਕੇ ਆਪਣੀ ਸਪੇਸ ਜਿਹੜੀ ਹੈ ਕਿਤੇ ਨਾ ਕਿਤੇ ਹਲਕੀ ਫੁਲਕੀ ਮੈਨੂੰ ਉਹਦੇ ਅੰਦਰ ਅੰਦੋਲਨ ਕਰਨਾ ਪਿਆ ਮੈਨੂੰ ਹਲਕੀ ਫੁਲਕੀ ਦਿਸਦੀ ਹੈ ਮੈਨੂੰ ਉਹਦੇ ਵਿੱਚ ਕੋਈ ਵੱਡਾ ਨਹੀਂ ਦਿਸਦਾ ਪਰ ਹਾਂ ਇਹ ਹੈ ਕਿ ਉਹ ਉਹ ਸੰਕਟ ਬਹੁਤ ਗਹਿਰਾ ਹੈ ਉਹ ਸੰਕਟ ਬਹੁਤ ਵੱਡਾ ਹੈ ਉਹ ਸਿਰਫ ਇਹ ਸੰਕਟ ਨਹੀਂ ਹੈ ਜਿੱਥੇ ਤੁਹਾਨੂੰ ਉਹਨਾਂ ਕਈ 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 ਫਰੰਟਸ ਦੇ ਉੱਤੇ ਇਹ ਲੜਾਈ ਚੱਲ ਰਹੀ ਹੈ ਭਾਵੇਂ ਉਹ ਲੜਾਈ ਜਿਹੜੀ ਹੈ ਉਸ 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 ਮਰਦ ਉਹ ਦੀ ਸਾਈਕੋ ਦੀ ਸੋਚ ਦੇ ਨਾਲ ਹੋਏ ਜਿਹੜਾ ਕਿ ਜਿਹਨੂੰ ਇਹ ਬਿਲਕੁਲ ਇਨ ਹਿਊਮਨ ਨਹੀਂ ਲੱਗਦਾ ਕਿ ਆਪਣੀ ਧੀ ਨੂੰ ਮਾਰ ਕੇ ਤੇ ਉਹਦਾ ਜਿਹੜਾ ਸਿਰ ਹੈ ਉਹ ਚੁੱਕ ਕੇ ਗਲੀਆਂ ਦੇ ਵਿੱਚ ਫਿਰਿਆ ਜਾਏ ਜਿਹੜੀਆਂ ਔਨਰ ਕਿਲਿੰਗ ਸਾਡੇ ਘਰਾਂ ਵਿੱਚ ਹੋ ਰਹੀਆਂ ਨੇ ਜਿਹੜੀ ਫੀਮੇਲ ਫੀਟੀਸਾਈਡ ਹੈ ਇਹ ਕੀ ਹੈ ਇਹ ਔਨਰ ਕਿਲਿੰਗ ਹੈ ਜਿੱਥੇ ਅਸੀਂ ਅੰਦਰ ਹੀ ਮਾਰ ਰਹੇ ਹਾਂ ਨਹੀਂ ਨਹੀਂ ਪੰਜਾਬ ਸਟੈਟਿਸਟਿਕਲੀ ਆਲਸੋ ਸਟੈਟਿਸਟਿਕਲੀ ਆਲਸੋ ਪੰਜਾਬ ਹਰਿਆਣਾ ਦੋਨਾਂ ਬੈਲਟਸ ਦੇ ਵਿੱਚ ਔਨਰ ਕਿਲਿੰਗਸ ਦਾ ਬਹੁਤ ਪ੍ਰੇਵਲੈਂਟ ਸੀ ਹੁਣ ਖਬਰਾਂ ਆਣੀਆਂ ਬੰਦ ਹੋ ਗਈਆਂ ਮੈਨੂੰ ਨਹੀਂ ਪਤਾ ਹੁਣ ਹੁੰਦੀਆਂ ਨੇ ਨਹੀਂ ਹੁੰਦੀਆਂ ਨੇ ਬਟ ਉਸ ਤਰ੍ਹਾਂ ਖਬਰਾਂ ਨਹੀਂ ਆ ਪਰ ਕਿਤੇ ਨਾ ਕਿਤੇ ਇਹ ਜਿਹੜਾ ਪੂਰਾ ਲਾਰਜਰ ਸੰਕਟ ਹੈ ਐਸਪੀਜੀ ਮੈਨੂੰ ਇਹ ਅੰਦੋਲਨ ਕਿਸਾਨ ਅੰਦੋਲਨ ਜੋ ਕਿੰਨਾ ਕੁਝ ਇਮਰਜ ਕਰਕੇ ਆਏਗਾ ਇਸ ਸਮਥਿੰਗ ਡੈਟ ਜਿਹਦੇ ਬਾਰੇ ਮੈਂ ਅਜੇ ਆਪਣੇ ਮੈਨੂੰ ਲੱਗਦਾ ਕਿ ਮੈਂ ਇਹਨੂੰ ਮੈਂ ਮੈਨੂੰ ਲੱਗਦਾ ਕਿ ਇਹ ਡੂੰਗੀ ਲੜਾਈ ਹੈ ਇਹ ਵੱਡੀ ਲੜਾਈ ਹੈ ਇੱਕ ਬਹੁਤ ਛੋਟਾ ਜਿਹਾ ਕਦਮ ਹੈ ਇਹ ਇਹ ਨਹੀਂ ਸਿਰਫ ਕਿਸਾਨ ਅੰਦੋਲਨ ਤੋਂ ਉਹ ਤਾਂ ਸਵਾਲ ਉੱਠੇ ਨੇ ਪਰ ਨਿਜਿੱਠਿਆ ਨਹੀਂ ਜਾਣਾ ਸਵਾਲ ਤਾਂ ਉੱਠਣਗੇ ਸਵਾਲ ਤਾਂ ਉੱਠ ਰਹੇ ਨੇ ਬਟ ਕੋਈ ਬਹੁਤ ਇਹ ਬਹੁਤ ਲੰਮੀਆਂ ਲੜਾਈਆਂ ਨੇ ਦੇਖੋ ਟਾਈਮ ਮੈਗਜ਼ੀਨ ਦਾ ਇਸ਼ੂ ਆਇਆ ਨਵਾਂ ਅਮਰੀਕਾ ਦਾ ਉਹਦਾ ਜਿਹੜਾ ਕਵਰ ਹੈ ਉਹ ਕਿਸਾਨ ਅੰਦੋਲਨ ਦੇ ਉੱਤੇ ਤੇ ਕਿਸਾਨ ਅੰਦੋਲਨ ਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਦੇ ਉੱਪਰ ਇਹ ਉਹਨੇ ਉਹਨੇ ਆਇਆ ਤੇ ਉਹਦਾ ਟਾਈਟਲ ਹੈ ਔਨ ਦਾ ਫਰੰਟ ਲਾਈਨਸ ਆਫ ਇੰਡੀਆਜ਼ ਫਾਰਮਰ ਪ੍ਰੋਟੈਸਟਸ ਔਰ ਦੂਸਰੀ ਘਟਨਾ ਹੁੰਦੀ ਹੈ ਕਿ ਸਾਡੀ ਸੁਪਰੀਮ ਕੋਰਟ ਬੈਠਦੀ ਹੈ ਉਹ ਕਿਸਾਨ ਅੰਦੋਲਨ ਬਾਰੇ ਸੁਣ ਰਹੀ ਹੈ ਪਟੀਸ਼ਨ ਤੇ ਉਹ ਕਹਿ ਰਹੀ ਹੈ ਕਿਉਂਕਿ ਸੁਪਰੀਮ ਕੋਰਟ ਨੂੰ ਵੀ ਤਾਂ ਔਰਤਾਂ ਦੀ ਚਿੰਤਾ ਔਰਤਾਂ ਨਾਗਰਿਕ ਨੇ ਚੀਫ ਜਸਟਿਸ ਸਾਹਿਬ ਨੂੰ ਪਤਾ ਸੋ ਚੀਫ ਜਸਟਿਸ ਆਫ ਇੰਡੀਆ ਕਹਿੰਦੇ ਨੇ ਕਿ ਇੱਕ ਕੰਮ ਕਰੋ ਇਹ ਮਾਮਲਾ ਤੇ ਨਿਜੀਠ ਲਵਾਗੇ ਇਹ ਔਰਤਾਂ ਤੇ ਬੱਚਿਆਂ ਨੂੰ ਜ਼ਰਾ ਘਰ ਭੇਜ ਦਿਓ ਇਹ ਤਾਂ ਅੱਛਾ ਨਹੀਂ ਲੱਗਦਾ ਨਾ ਕਿ ਔਰਤਾਂ ਸਾਡੀਆਂ ਕਿਉਂ ਉੱਥੇ ਇਹ ਮਾਰ ਸਹਿ ਰਹੀਆਂ ਹੋਣ ਉਹ ਕਿਉਂ ਸਰਦ ਰਾਤਾਂ ਵਿੱਚ ਠਿਰ ਠਿਰ ਦੀਆਂ ਰਾਤਾਂ ਵਿੱਚ ਬੈਠੀਆਂ ਹੋਣ ਤੇ ਅਸੀਂ ਤੇ ਉਹਨਾਂ ਦੇ ਰਖਵਾਲੇ ਆ ਸੋ ਏ ਇਮੀਡੀਏਟਲੀ ਇੱਕ ਖਾਸ ਕਿਸਮ ਦੀ ਗੱਲਬਾਤ ਨੂੰ ਚਰਚਾ ਨੂੰ ਜਨਮ ਦਿੰਦਾ ਜਿਹੜੀ ਕਿਸਾਨ ਅੰਦੋਲਨ ਦੇ ਵਿੱਚ ਜਾ ਕੇ ਭਖਦੀ ਹੈ ਕਿ ਸੁਪਰੀਮ ਕੋਰਟ ਮੇਰੀ ਇੰਨੀ ਜਿਹੜੀ ਧਿਆਨ ਕਰ ਰਹੀ ਹੈ ਇਹ ਵੀ ਮੇਰੇ ਤੇ ਤਿੰਨ ਖੇਤੀ ਬਿੱਲਾਂ ਵਰਗੀ ਮਾਰ ਹੈ ਕਿ ਤੁਸੀਂ ਮੈਨੂੰ ਇਸ ਸਟੇਟਮੈਂਟ ਦੇ ਨਾਲ ਵੀ ਮਾਰ ਰਹੇ ਹੋ ਹੁਣ ਜਿਸ ਵੇਲੇ ਸਾਡੇ ਘਰਾਂ ਦੇ ਵਿੱਚ ਔਰਤਾਂ ਨੂੰ ਇਹ ਸਾਰਾ ਦਿਨ ਭਾਸ਼ਾ ਸੁਣਾਈ ਦਿੱਦੀ ਹੈ ਫਿਰ ਉਹਨਾਂ ਨੂੰ ਵੀ ਪੈਟਰੀਆਰਕੀ ਦੀ ਉਸੇ ਕਿਸਮ ਦੀ ਏਜੰਸੀ ਬਣਾਇਆ ਜਾਂਦਾ ਜਿਹੜੀ ਆਪਣੀ ਧੀ ਨੂੰ ਕਹਿੰਦੀ ਹੈ ਕਿ ਭਾਈ ਤੇਰੇ ਕਰਨ ਦਾ ਕੰਮ ਨਹੀਂ ਇਹਨਾਂ ਦੇ ਭਰਾ ਨੂੰ ਭੇਜਦੀ ਬਾਪੂ ਨੂੰ ਭੇਜਦੀ ਜਦੋਂ ਅੰਦੋਲਨ ਇਹ ਇਹ ਇਹਨਾਂ ਚੀਜ਼ਾਂ ਨੂੰ ਚੇਂਜ ਕਰੇਗਾ ਇਹਨਾਂ ਚੀਜ਼ਾਂ ਨੂੰ ਕੁਐਸਚਨ ਕਰੇਗਾ ਤਾਂ ਤੁਸੀਂ ਨਿਵੇਦਤਾ ਮੈਂ ਇਹਨਾਂ ਦਾ ਨਾਮ ਲਿਆ ਉਹਨਾਂ ਦੀ ਕਿਤਾਬ ਹੈ ਸੀਇੰਗ ਲਾਈਕ ਆ ਫੈਮਿਨਿਸਟ ਇੱਕ ਗੱਲ ਮੈਨੂੰ ਉਹਦੀ ਕਦੇ ਨਹੀਂ ਭੁੱਲਦੀ ਉਹਨਾਂ ਨੇ ਕਿਹਾ ਕਿ ਇੱਕ ਮਰਦਾਂ ਤੇ ਔਰਤਾਂ ਦਾ ਇੱਕੋ ਜਿਹਾ ਜਿਹੜਾ ਸਮਾਜ ਹੋਵੇਗਾ ਜਿਦੇ ਚ ਇਹ ਅਸਮਾਨਪਨ ਨਹੀਂ ਹੋਵੇਗਾ ਉਹ ਕਿਉਂ ਜਿਹਾ ਹੋਵੇਗਾ ਵੀ ਡੋਨਟ نو ਅਸੀਂ ਕਦੇ ਦੇਖਿਆ ਨਹੀਂ ਅਸੀਂ ਕਦੇ ਚਿਤਵਿਆ ਨਹੀਂ ਪਤਾ ਨਹੀਂ ਸਾਡੇ ਚ ਇਹ ਸੁਪਨਾ ਲੈਣ ਜੋਗੀ ਇਹ ਚਿਤਵਨ ਜੋਗੀ ਇਹ ਸਮਰੱਥਾ ਵੀ ਹੈ ਕਿ ਮੈਂ ਮਨ ਚ ਇਹ ਸੋਚਾਂ ਵੀ ਕਿ ਜੇ ਸਾਰੇ ਕੁਝ ਹੋਣ ਤਾਂ ਫਿਰ ਕਿਉਂ ਜਾ ਸਮਝ ਹੋਏਗਾ ਵੀ ਡੋਨਟ نو ਸੋ ਜਿਹੜੀ ਚੀਜ਼ ਦਾ ਪਤਾ ਨਹੀਂ ਉਹ ਤੋਂ ਡਰ ਬੜਾ ਲੱਗਦਾ ਸੋ ਇਸ ਕਰਕੇ ਮੈਨੂੰ ਇਹ ਹੈ ਵੀ ਇਹ ਜਿਹੜਾ ਕਿਸਾਨ ਅੰਦੋਲਨ ਜਿਹੜਾ ਔਰਤਾਂ ਦਾ ਮਸਲਾ ਭੱਖਿਆ ਹੋਇਆ ਹੈ ਇਹ ਇਹਨਾਂ ਕਿਸਾਨ ਅੰਦੋਲਨ ਵਿੱਚ ਲੜ ਰਹੀਆਂ ਧਿਰਾਂ ਨੂੰ ਵੀ ਪਹੁੰਗੇਗਾ ਦੇਖੋ ਤੁਸੀਂ ਇਹ ਸਵਾਲ ਤਾਂ ਬਾਰ-ਬਾਰ ਹੀ ਉੱਠ ਰਹੇ ਹਨ ਜਿਨ੍ਹਾਂ ਦੇ ਨਾਲ ਰਲ ਕੇ ਲੜ ਰਹੇ ਹੋ ਉਹਨਾਂ ਦੇ ਨਾਲ ਹੀ ਲੜਨਾ ਵੀ ਪੈ ਸਕਦਾ ਦੇਖੋ ਇਹੀ ਇੰਟਰਸਟਿੰਗ ਗੱਲ ਹੈ ਜੇ ਇੱਕ ਲਾਈਨ ਚ ਕਹਿਣਾ ਹੋਵੇ ਕਿ ਔਰਤਾਂ ਜਦੋਂ ਸਾਡੇ ਲਈ ਲੜ ਰਹੀਆਂ ਨੇ ਸਾਡੇ ਸਾਥ ਚ ਲੜ ਰਹੀਆਂ ਨੇ ਤਾਂ ਕੋਈ ਪ੍ਰੋਬਲਮ ਨਹੀਂ ਪਰ ਜਦੋਂ ਸਾਡੇ ਖਿਲਾਫ ਲੜ ਰਹੀਆਂ ਨੇ ਤਾਂ ਉਹ ਚੰਗੀਆਂ ਨਹੀਂ ਲੱਗਦੀਆਂ ਲੜਦੀਆਂ ਲੜਦੀ ਔਰਤ ਚੰਗੀ ਨਹੀਂ ਲੱਗਦੀ ਸਾਡੀ ਸੋਸਾਇਟੀ ਨੂੰ ਤੇ ਖਾਸ ਕਰਕੇ ਜਦੋਂ ਉਹ ਸਾਡੇ ਨਾਲ ਲੜ ਰਹੀ ਹੈ ਇੰਨੇ ਹੀ ਇਸੇ ਪੰਜਾਬ ਦੇ ਅੰਦਰ ਜਦੋਂ ਔਰਤ ਲੜੂਗੀ ਪੰਜਾਬੀ ਯੂਨੀਵਰਸਿਟੀ ਚ ਲੜੀ ਸੀ ਤਾਂ ਕਿਸ ਤਰ੍ਹਾਂ ਦੀਆਂ ਗੱਲਾਂ ਆਈਆਂ ਸੀ ਤੁਸੀਂ ਪੱਤਰਕਾਰੋਂ ਸਾਨੂੰ ਵੱਧ ਪੁੱਛਿਆ ਪੰਜਾਬੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦੀ ਪਿੰਜਾੜਾ ਰੋਅ ਮੂਵਮੈਂਟ ਸੀ ਇਹ ਹੌਸਟਲ ਦੇ ਬਿਲਕੁਲ ਬੇਖੌਫ ਆਜ਼ਾਦੀ ਲਈ ਕਿਸ ਤਰ੍ਹਾਂ ਦਾ ਨੈਰੇਟਿਵ ਉੱਠਿਆ ਤਾਂ ਜਦੋਂ ਔਰਤਾਂ ਆਪਣੇ ਲਈ ਲੜਦੀਆਂ ਨੇ ਉਦੋਂ ਸਾਡਾ ਰਿਐਕਸ਼ਨ ਬਿਲਕੁਲ ਹੋਰ ਹੈ ਸੁਪਰੀਮ ਕੋਰਟ ਦਾ ਰਿਐਕਸ਼ਨ ਉਹੀ ਹੈ ਜਿਹੜਾ ਇੰਨਾਂ ਸਾਰੀਆਂ ਧਿਰਾਂ ਨੂੰ ਪੰਜਾਬ ਦੇ ਲੋਕਾਂ ਨੇ ਦਿੱਤਾ ਪਰ ਉਹਨਾਂ ਨੇ ਥੋੜਾ ਜਿਹਾ ਡੀਸੈਂਟ ਵੇ ਨਾਲ ਤੇ ਪਿਆਰ ਨਾਲ ਕਿਹਾ ਤਾਂ ਵੀ ਤੁਸੀਂ ਚਲੀਆਂ ਜਾਓ ਇਹ ਇਹ ਤੁਹਾਡੇ ਕਰਨ ਦਾ ਕੰਮ ਨਹੀਂ ਹੈ ਐਡੀਸੈਂਟਾਸ ਕੁੱਲਮਲਾਕੀ ਇਹ ਕਹਿ ਰਹੇ ਨੇ ਕਿ ਲੜਨਾ ਔਰਤ ਦਾ ਕੰਮ ਨਹੀਂ ਹੈ ਖਾਸ ਕਰਕੇ ਸੱਤਾ ਦੇ ਖਿਲਾਫ ਲੜਨਾ ਔਰਤ ਦਾ ਕੰਮ ਨਹੀਂ ਹੈ ਚਾਹੇ ਉਹ ਘਰ ਦੇ ਅੰਦਰ ਹੋਵੇ ਚਾਹੇ ਯੂਨੀਵਰਸਿਟੀਆਂ ਚ ਹੋਵੇ ਚਾਹੇ ਉਹ ਪ੍ਰਸ਼ਾਸਨ ਦੇ ਨਾਲ ਹੋਵੇ ਤੇ ਚਾਹੇ ਫਿਰ ਉਹ ਮਤਲਬ ਸੈਂਟਰ ਦੀ ਗਵਰਨਮੈਂਟ ਨਾਲ ਹੋਵੇ ਇਹ ਇਹ ਅਖਤਿਆਰ ਇੱਕ ਖਾਸ ਧਿਰ ਕੋਲ ਹੈ ਤੇ ਜਦੋਂ ਔਰਤਾਂ ਇਸ ਅਖਤਿਆਰ ਦੇ ਵਿੱਚ ਬਰਾਬਰੀ ਕਰਦੀਆਂ ਨੇ ਫਿਰ ਉਦੋਂ ਖਲਲ ਪੰਡਾ ਸੋਸਾਇਟੀ ਚ ਡਿਸਟਰਬੈਂਸ ਹੁੰਦੀ ਹੈ ਵੱਡੇ ਸਵਾਲ ਖੜੇ ਹੁੰਦੇ ਨੇ ਜਿਹੜੀ ਮੈਂ ਕਿਹਾ ਸੀ ਕਿ ਇਹ ਘਰਾਂ ਦੀਆਂ ਬਰੂਹਾਂ ਤੱਕ ਲੜਾਈ ਪਹੁੰਚੂਗੀ ਟਿੱਕਰੀ ਸਾਡੇ ਗੇਟਾਂ ਤੇ ਬਣੂਗਾ ਉਹ ਅੱਜ ਨਹੀਂ ਬਣੂਗਾ ਸਾਨੂੰ ਪਤਾ ਹੈ ਮਤਲਬ ਤੁਸੀਂ ਜ਼ਮੀਨ ਤਿਆਰ ਹੋ ਰਹੀ ਹੈ ਕਿਸਾਨ ਅੰਦੋਲਨ ਦੇ ਵਿੱਚ ਤੁਹਾਨੂੰ ਪਤਾ ਨਹੀਂ ਹੋਣਾ ਸ਼ਾਇਦ ਕਿ ਜਦੋਂ ਕੁੜੀਆਂ ਮਤਲਬ ਇੰਡੀਪੈਂਡੈਂਟਲੀ ਕਲੀਆਂ-ਕਲੀਆਂ ਕੁੜੀਆਂ ਅ ਅੰਦੋਲਨ ਦੇ ਵਿੱਚ ਜਾਣੀਆਂ ਸ਼ੁਰੂ ਕੀਤੀਆਂ ਤਾਂ ਉੱਥੇ ਪ੍ਰੋਬਲਮ ਆਈ ਕਿ ਕੀ ਯੰਗ ਕੁਆਰੀਆਂ ਕੁੜੀਆਂ ਨੂੰ ਅੰਦੋਲਨ ਚ ਰੱਖਣਾ ਸੇਫ ਹੈ ਦੋਨੇ ਤਰੀਕਿਆਂ ਨਾਲ ਹੀ ਕਿ ਕੁੜੀ ਲਈ ਸੇਵ ਹੈ ਤੇ ਕੀ ਅੰਦੋਲਨਕਾਰੀਆਂ ਲਈ ਸੇਵ ਹੈ ਸਾਡੇ ਅੰਦੋਲਨਕਾਰੀ ਵੀ ਤਾਂ ਕਿਤੇ ਕੋਈ ਗੜਬੜ ਨਹੀਂ ਕਰਨਗੇ ਮਤਲਬ ਕੋਈ ਤੁਹਾਨੂੰ ਨੁਕਸਾਨ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਤਾਂ ਇਹ ਇਹਦਾ ਮਤਲਬ ਕੀ ਹੈ ਕਿ ਤੁਸੀਂ ਦੇਖੋ ਇੱਕ ਆਰਗੂਮੈਂਟ ਨੂੰ ਇੱਥੋਂ ਤੱਕ ਲੈ ਕੇ ਆਏ ਅੰਦੋਲਨਕਾਰੀ ਕਿ ਸਾਡੀਆਂ ਕੁੜੀਆਂ ਸਭ ਤੋਂ ਜ਼ਿਆਦਾ ਅੰਦੋਲਨ ਦੇ ਵਿੱਚ ਸੇਫ ਨੇ ਕਿ ਅੰਦੋਲਨਕਾਰੀਆਂ ਅੰਦੋਲਨਕਾਰੀਆਂ ਕਰਕੇ ਇਲਾਕੇ ਦੀਆਂ ਔਰਤਾਂ ਵੀ ਸੇਫ ਹੋਈਆਂ ਇੱਕ ਇੱਕ ਐਗਜ਼ਾਮਪਲ ਛੋਟੀ ਜਿਹੀ ਦੇਣਾ ਚਾਹੂੰਗੀ ਜਿਹੜੀ ਚੀਜ਼ ਮੈਨੂੰ ਸਭ ਤੋਂ ਖੂਬਸੂਰਤ ਲੱਗੀ ਜੇ ਮੈਨੂੰ ਕੋਈ ਕਹੇ ਵੀ ਤੁਸੀਂ ਮੈਂ ساری ਜ਼ਿੰਦਗੀ ਜਿਸ ਯਾਦ ਨੂੰ ਸੰਭ ਕੇ ਰੱਖਣਾ ਚਾਹੂੰਗੀ ਜਦੋਂ ਅੰਦੋਲਨ ਦੀ ਨੂੰ ਇਹ ਹੈ ਕਿ ਅਸੀਂ ਯੂਨੀਵਰਸਿਟੀ ਦੀਆਂ ਕੁੜੀਆਂ ਕੱਲੀਆਂ ਰਾਤ ਨੂੰ ਇੱਥੋਂ ਮਤਲਬ ਦਿੱਲੀ ਜਾ ਸਕਦੇ ਸੀ ਬਿਨਾ ਕਿਸੇ ਡਰ ਦੇ ਕਿ ਕੋਈ ਗੱਲ ਨਹੀਂ ਅੱਗੇ ਹੋਰ ਕੁਝ ਨਾ ਮਿਲੂਗਾ ਤਾਂ ਲਿਫਟ ਲੈ ਲੈ ਜਾਊਗੀ ਹਾਂ ਰਾਜ ਨੌਜਵਾਨ ਆ ਜਾ ਰਹੇ ਨੇ ਸਾਰੇ ਲੜਨ ਵਾਲੇ ਆਪਣੀ ਲੀਡਰਤਾ ਸੀ ਕਿ ਇਹ ਸਾਥੀ ਨੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੋਊਗੀ ਸਾਨੂੰ ਕੋਈ ਦਿੱਕਤ ਨਹੀਂ ਹੋਊਗੀ ਤੇ ਅਸੀਂ ਬੇਖੌਫ ਹੋ ਕੇ ਜਿਹੜਾ ਘੁੰਮਿਆ ਰਸਤੇ ਵਿੱਚ ਬ੍ਰੇਕ ਲੈਣ ਲਈ ਰੁਕਣਾ ਪੈ ਰਿਹਾ ਸਰਬਜੀਤ ਬੇਸਿਕਲੀ ਕਹਿ ਰਹੇ ਨੇ ਕਿ ਰਸਤੇ ਵਿੱਚ ਕੋਈ ਕਿਸੇ ਕਿਸਮ ਦੀ ਕੀ ਕਹਿੰਦੇ ਆ ਇਸ ਕਿਸਮ ਦੀ ਸੁਰੱਖਿਆ ਦੀ ਭਾਵ ਮਰਦਗਰਦੀ ਮਰਦਗਰਦੀ ਨਹੀਂ ਹੋਏਗੀ ਗੁੰਡਾਗਰਦੀ ਦੇ ਕਈ ਨਾਮ ਹੁੰਦੇ ਨੇ ਜਿੱਦਾਂ ਜੇ ਕੋਈ ਮਰਦਗਰਦੀ ਹੈ ਤੇ ਅੰਦੋਲਨ ਜਿਹੜਾ ਉਸ ਕਿਸਮ ਦੀ ਗੁੰਡਾਗਰਦੀ ਦੇ ਵੀ ਪਰ ਇਹਨਾਂ ਸਵਾਲਾਂ ਦੇ ਨਾਲ ਵੀ ਕਿ ਜਿਹੜੀ ਇਹ ਅੰਦੋਲਨ ਜਿਹੜਾ ਇਸਕੋ ਬਰੂਆਂ ਤੇ ਨਹੀਂ ਹੋ ਰਿਹਾ ਨਾ ਅੰਦੋਲਨ ਤੇ WhatsApp ਤੇ ਹੋ ਰਿਹਾ ਸੋਸ਼ਲ ਮੀਡੀਆ ਤੇ ਉੱਤੇ ਹੋ ਰਿਹਾ Twitter ਤੇ Facebook ਤੇ ਉੱਤੇ ਹੋ ਰਿਹਾ ਉੱਥੇ ਔਰਤਾਂ ਕਿਵੇਂ ਲੜ ਰਹੀਆਂ ਨੇ ਤੇ ਇਹ ਔਰਤਾਂ ਦੇ ਅੰਦੋਲਨ ਦੇ ਪਿਛੇ ਕਿਸਾਨ ਅੰਦੋਲਨ ਤੋਂ ਪਹਿਲਾਂ ਦੀ ਜਿਹੜੀ ਜ਼ਮੀਨ ਹੈ ਉਹ ਤਿਆਰ ਕਰਨ ਵਾਲੀਆਂ ਕਿਹੜੀਆਂ ਔਰਤਾਂ ਸਨ ਵੀਲ ਟਾਕ ਅਬਾਊਟ ਦਿਸ ਆਫਟਰ ਦਿਸ ਬ੍ਰੇਕ ब्रेक ਤੋਂ ਬਾਅਦ ਫਿਰ ਸਵਾਗਤ ਹੈ ਅਸੀਂ ਚਰਚਾ ਕਰ ਰਹੇ ਹਾਂ ਔਰਤਾਂ ਦੇ ਅੰਦੋਲਨ ਬਾਰੇ ਜਿਹੜਾ ਕਿਸਾਨ ਅੰਦੋਲਨ ਦੀਆਂ ਸਫਾਂ ਦੇ ਨਾਲ-ਨਾਲ ਚੱਲ ਰਿਹਾ ਹੈ ਤੇ ਅੰਤਰਰਾਸ਼ਟਰੀ ਦੇ ਹੜੇ ਬਾਰੇ ਔਰਤਾਂ ਦੇ ਉਸ ਦੇਸ਼ ਦੇ ਵਿੱਚ ਜਿੱਥੇ ਵਿਮਨ ਰਿਜ਼ਰਵੇਸ਼ਨ ਦੇ ਬਿੱਲ ਨੂੰ ਲਟਕਦੇ ਆ ਲਟਕਦੇ ਆ ਮੈਂ ਸਾਰੀ ਜਵਾਨੀ ਗਵਾ ਲਈ ਹੈ ਤੇ ਉਹਨਾਂ ਦੇ ਏਡੋ ਉਮਰ ਚ ਆ ਗਿਆਂ ਸਾਡੇ ਨਾਲ ਚਤਲੇ ਸ਼ਾਮਨ ਨਪ੍ਰੀਤ ਕੌਰ ਜੀ ਅਤੇ ਸਰਬਜੀਤ ਕੌਰ ਜੀ ਨਪ੍ਰੀਤ ਤੁਸੀਂ ਇੱਕ ਤਾਂ ਜਿਹੜਾ ਪਿਛਲਾ ਪੁਆਇੰਟ ਸੀ ਉਹਦੇ ਬਾਰੇ ਕੁਝ ਕਹਿਣਾ ਚਾਹ ਰਹੇ ਸੀ ਮੈਂ ਜਸਟ ਇੱਕ ਰੇਖਾਂਕਿਤ ਕਰਨਾ ਚਾਹ ਰਿਹਾ ਸੀ ਕਿ ਕਿਸਾਨ ਅੰਦੋਲਨ ਤੋਂ ਪਹਿਲਾਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀਆਂ ਸੀ ਲੜਾਈਆਂ ਦੇਖੀਆਂ ਹਾਂ ਹਾਂ ਦਲਿਤਾਂ ਦੀ 1/3 ਜ਼ਮੀਨ ਲਈ ਬੋਲੀਆਂ ਦੀ ਲੜਾਈ ਦੇਖੀ ਐ ਆਂਗਨਵਾੜੀ ਵਰਕਰਸ ਨੂੰ ਲੜਦਿਆਂ ਦੇਖਿਆ ਮਿਡੇ ਮੀਲ ਵਰਕਰਸ ਨੂੰ ਲੜਦਿਆਂ ਦੇਖਿਆ ਆਸ਼ਾ ਵਰਕਰਾਂ ਨੂੰ ਲੜਦਿਆਂ ਦੇਖਿਆ ਆ ਨਰੇਗਾ ਲਈ ਮਹਾਤਮਾ ਗਾਂਧੀ ਰੋਜ਼ਗਾਰ ਯੋਜਨਾ ਦੇ ਲਈ ਲੜਾਈ ਦੇ ਵਿੱਚ ਔਰਤਾਂ ਮੋਢੀ ਰੇ ਇਹ ਸਾਰੀਆਂ ਉਹ ਲੜਾਈਆਂ ਸੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਲੜਨ ਵਾਲੀ ਔਰਤ ਦਾ ਇੱਕ ਇੱਕ ਤਸਵੀਰ ਜਿਹੜੀ ਹੈ ਸਿਰਜੀ ਹੈ ਉਹ ਇੱਕ ਜ਼ਮੀਨ ਤਿਆਰ ਕੀਤੀ ਹੈ ਅਚਾਨਕ ਨਹੀਂ ਹੈ ਕਿ ਕਿਸਾਨ ਅੰਦੋਲਨ ਲਈ ਔਰਤਾਂ ਚੰਨੇ ਪਿਆਰ ਹੋ ਗਿਆ ਨਹੀਂ ਬਿਲਕੁਲ ਗਰਾਉਂਡਿੰਗ ਹੈਸ ਟੇਕਨ ਪਲੇਸ ਇਹ ਠੀਕ ਹੈ ਕਿ ਉਹ ਫੇਸਬੁਕ ਤੇ ਨਹੀਂ ਸਨ ਉਹ ਵਟਸਐਪ ਤੇ ਨਹੀਂ ਸਨ ਤੇ ਮੀਡੀਆ ਹਾਊਸ ਵਾਲੇ ਇਸ ਕਿਸਮ ਦੇ ਨਾਲ ਉਹਨਾਂ ਤੇ ਫੋਕਸ ਨਹੀਂ ਕਰਦਾ ਮੀਡੀਆ ਤੇ ਵੈਸੇ ਵੀ Dalit ਮਜ਼ਦੂਰ ਨੂੰ ਕਿੰਨੀ ਕੁ ਜਗ੍ਹਾ ਦੇਗਾ ਤੇ ਨਰੇਗਾ ਨੂੰ ਕਿੰਨੀ ਕੁ ਜਗ੍ਹਾ ਦੇਗਾ ਇਹ ਤਾਂ ਜੇ ਬੈਰੀਕੇਡਾਂ ਸਨਮਾਨ ਯੋਗ ਸਤਕਾਰ ਯੋ ਖੱਟਰ ਸਾਹਿਬ ਨੇ ਨਾ ਲਾਈਆਂ ਹੁੰਦੀਆਂ ਤੇ ਸ਼ਾਇਦ ਉੱਥੇ ਵੀ ਕੈਮਰੇ ਕੁਝ ਘਟ ਜਾਂਦੇ ਸੋ ਇਸ ਜੈਂਡਰ ਡਿਸਕਸ ਕੋਰਸ ਬਾਰੇ ਜਿਹੜੀ ਇਹਦੀ ਇੱਕ ਪ੍ਰੋਗਰੈਸ ਹੈ ਮੈਨੂੰ ਇਹ ਸੀ ਕਿ ਵੀ ਇਹ ਇੱਕ ਕਿੱਥੇ ਜਾ ਕੇ ਉਹ ਕ੍ਰਿਟੀਕਲ ਮੂਮੈਂਟ ਆਏਗੀ ਜਿਹੜੀ ਔਰਤਾਂ ਦੇ ਅੰਦੋਲਨ ਨੂੰ ਇਸ ਕਦਰ ਪਖਾ ਦੇਵੇ ਜਿਵੇਂ ਸਿੰਘੂ ਬੋਰਡ ਸਿੰਘੂ ਟਿਕਰੀ ਤੱਕ ਪਹੁੰਚ ਨੇ ਪਖਾ ਦਿੱਤਾ ਸੀ ਜਿਵੇਂ ਬੈਰੀਕੇਡਾਂ ਪੁੱਟ ਕੇ ਅਸੀਂ ਇੱਥੇ ਗਏ ਸੀ ਓਕੇ ਦੋ ਗੱਲਾਂ ਇੱਕ ਤਾਂ ਪਿਛਲੀ ਜਿਹੜੀ ਗੱਲ ਹੈ ਉਹਦੇ ਨਾਲ ਜੋੜਦੇ ਹੋਏ ਮੈਂ ਕਹਾਂਗੀ ਕਿ ਜਿੰਨੇ ਵੀ ਅੰਦੋਲਨ ਨੇ ਉਹਨਾਂ ਨੂੰ ਔਰਤਾਂ ਆਪਣੀਆਂ ਫਰੰਟ ਲਾਈਨਸ ਤੇ ਚਾਹੀਦੀਆਂ ਹੁੰਦੀਆਂ ਨੇ ਰਿਪਰੈਜ਼ੈਂਟੇਸ਼ਨ ਲਈ ਵੀ ਚਾਹੀਦੀਆਂ ਹੁੰਦੀਆਂ ਨੇ ਤੇ ਸ਼ਾਇਦ ਕਿਸੇ ਤਰ੍ਹਾਂ ਦੀ ਸੇਫਟੀ ਲਈ ਵੀ ਚਾਹੀਦੀਆਂ ਹੁੰਦੀਆਂ ਨੇ ਕਿਉਂਕਿ ਡੰਡੇ ਵਾਰਉਣ ਤੋਂ ਪਹਿਲਾਂ ਪੁਲਿਸ ਵਾਲਿਆਂ ਨੂੰ ਵੀ ਪਤਾ ਹੁੰਦਾ ਵੀ ਇਹ ਥੋੜਾ ਸੋਚਿਆ ਜਾਏ ਸੋ ਉਹ ਭਾਵੇਂ ਤੁਹਾਡੇ 90 ਦੇ ਦਹਾਕਿਆਂ ਦੇ ਵਿੱਚ ਜਿਹੜਾ ਅੰਦੋਲਨ ਹੋਇਆ ਬਾਬਰੀ ਮਸਜਿਦ ਜਦੋਂ ਤੋੜੀ ਗਈ ਹੈ ਉਹਦੇ ਵਿੱਚ ਹੋਏ ਭਾਵੇਂ ਜਦੋਂ ਤੁਹਾਡੇ ਐਂਟੀ ਮਿੰਡਲ ਪ੍ਰੋਟੈਸਟ ਹੋਏ ਉਹਦੇ ਵਿੱਚ ਤੁਸੀਂ ਪੁਰਾਣਾ ਮੇਰਾ ਕਿਉਂਕਿ ਆਪਣਾ ਕੰਮ ਉਹਦੇ ਤੇ ਹੈ ਰਿਸਰਚ ਉਹਦੇ ਤੇ ਹੈ ਤੇ ਉਹ ਤੁਸੀਂ ਪੁਰਾਣੀਆਂ ਤਸਵੀਰਾਂ ਕੱਢ ਕੇ ਦੇਖੋ ਔਰਤਾਂ ਬਿਲਕੁਲ ਫੋਰਫਰੰਟ ਤੇ ਸੀ ਤੇ ਜਿਹੜਾ ਤੁਸੀਂ ਉਹ ਕਹਿ ਰਹੇ ਹੋ ਕਿ ਇੱਥੇ ਉਹ ਪਿੱਟ ਸਿਆਪਾ ਕਰ ਰਹੀਆਂ ਨੇ ਬਿਲਕੁਲ ਪਿੱਟ ਸਿਆਪਾ ਉੱਥੇ ਵੀ ਉਹ ਕਰ ਰਹੀਆਂ ਸੀ ਫੋਟੋਗ੍ਰਾਫਸ ਨੇ ਬਕਾਇਦਾ ਸੋ ਪਿੱਟ ਸਿਆਪਾ ਕਰਨਾ ਤਾਂ ਔਰਤ ਦੇ ਹਿੱਸੇ ਆਇਆ ਹੀ ਹੈ ਉਹ ਅੰਦੋਲਨਾਂ ਦੇ ਵਿੱਚ ਵੀ ਕਰਦੀ ਦੀ ਹੈ ਉਹ ਪਰਫਾਰਮੈਂਸ ਉਹਨੇ ਕਰਨੀ ਹੈ ਤੇ ਦੂਜੀ ਜਿਹੜੀ ਤੁਸੀਂ ਗੱਲ ਜਿਹੜਾ ਤੁਸੀਂ ਸਵਾਲ ਪੁੱਛ ਰਹੇ ਹੋ ਕਿ ਸੋ ਅੰਦੋਲ ਸਾਰੇ ਅੰਦੋਲਨਾਂ ਨੂੰ ਚਾਹੀਦਾ ਹੈ ਕਿਸਾਨ ਅੰਦੋਲਨ ਨੂੰ ਵੀ ਚਾਹੀਦਾ ਸੋ ਮੈਂ ਮੇਰੇ ਪਰਟੀਕুলਰ ਗੱਲ ਕਹਦੇ ਹੁੰਦੇ ਸੀ ਕਿ ਔਰਤਾਂ ਸਿਰਫ ਸ਼ੀਲਡ ਨਹੀਂ ਹੈ ਲੰਬੇ ਚੱਲਣ ਵਾਲੇ ਅੰਦੋਲਨ ਸੀ ਵੁੱਡ ਆਫਨ ਸੇ ਕਿ ਜਿਹੜੇ ਲੰਬੇ ਚੱਲਣ ਵਾਲੇ ਅੰਦੋਲਨ ਨੇ ਉਹਨਾਂ ਦੀ ਸਸਟੇਨੇਬਿਲਟੀ ਔਰਤਾਂ ਤੇ ਹੀ ਨਿਰਭਰ ਕਰਦੀ ਹੁੰਦੀ ਹੈ ਤੇ ਲੰਬਾ ਸਮਾਂ ਲੜਨ ਦੀ ਸ਼ਕਤੀ ਔਰਤਾਂ ਨੇ ਬਾਰ ਬਾਰ ਸਾਬਤ ਕੀਤੀ ਉਹ ਨਰਮਦਾ ਬਚਾਓ ਅੰਦੋਲਨ ਦਾ ਅਕਸਰ ਇਸ ਸੰਦਰਭ ਵਿੱਚ ਜ਼ਿਕਰ ਕਰਦੇ ਨੇ ਡੈਫੀਨਿਟਲੀ ਕਹਿੰਦੇ ਨਾ ਸਵਾਰਡ ਆਲਸੋ ਤਲਵਾਰ ਵੀ ਨਹੀਂ ਸਿਰਫ ਢਾਲ ਨਹੀਂ ਆਗੀ ਕਹਾਂਗੀ ਇਸ ਪਾਵੇਂ ਕਿਸਾਨ ਅੰਦੋਲਨ ਹੋ ਨਰਮਦਾ ਵਰਗੇ ਜਿਹੜੇ ਅੰਦੋਲਨ ਨੇ ਜਿੱਥੇ ਮੇਧਾ ਇੱਕ ਵੱਡੇ ਚਿਹਰੇ ਦੇ ਰੂਪ ਵਿੱਚ ਉੱਭਰ ਕੇ ਆਉਂਦੀ ਹੈ ਇੱਕ ਔਰਤ ਦਾ ਚਿਹਰਾ ਹੈ ਸੋ ਕਿੰਨੇ ਹੋਰ ਅੰਦੋ ਨੇਮ ਦੇ ਚਿਹਰੇ ਦੇ ਚਿਹਰੇ ਦੇ ਰੂਪ ਦੇ ਵਿੱਚ ਉੱਭਰ ਕੇ ਆਇਆ ਹੋਇਆ ਪਹਿਲੀ ਤਾਂ ਗੱਲ ਇਹ ਆ ਤੇ ਦੂਜਾ ਜਿਹੜਾ ਤੁਸੀਂ ਲਾਰਜਰ ਸਵਾਲ ਪੁੱਛ ਰਹੇ ਹੋ ਕਿ ਕਿ ਕਿਸ ਤਰੀਕੇ ਨਾਲ ਹੋਣ ਇਹ ਇਹ ਜਿਹੜਾ ਪ੍ਰਾਣਿਕ ਯਾਨੀ ਲੰਬਾ ਕੰਮ ਹੋਇਆ ਹੈ ਪੰਜਾਬ ਦੇ ਵਿੱਚ ਇੱਕ ਲੰਬਾ ਕੰਮ ਹੋਇਆ ਹੈ ਅੰਦੋਲਨਾਂ ਦੇ ਬਹੁਤ ਸਾਰੇ ਅੰਦੋਲਨ ਨੇ ਭਾਵੇਂ ਆਂਗਣਵਾਰੀ ਆਂਗਣਵਾਰੀ ਵਰਕਰਸ ਹੋਣ ਭਾਵੇਂ ਨਰੇਗਾ ਵਾਲੇ ਵਾਲੀਆਂ ਹੋਣ ਹਨਾ ਕਈ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉੱਠੀਆਂ ਨੇ ਸੋ ਮੈਨੂੰ ਇਦਾਂ ਲੱਗਦਾ ਕਿ ਜਦੋਂ ਅਸੀਂ ਕਹਿੰਦੇ ਨਾ ਅੰਦੋਲਨ ਕਿਵੇਂ ਆਪੱਖੇਗਾ ਐਸਪੀ ਜੀ ਮੈਨੂੰ ਇਹ ਤੇ ਮੈਨੂੰ ਇਹ ਅੰਦੋਲਨ ਦਾ ਜਿਹੜਾ ਆਈਡੀਆ ਹੈ ਨਾ ਉਹਦੇ ਤੇ ਵੀ ਬਹੁਤ ਜ਼ਬਰਦਸਤ ਤਰੀਕੇ ਦੀ ਆਬਜੈਕਸ਼ਨ ਹੈ ਹਨਾ ਇਹ ਜਿਹੜਾ ਆਈਡੀਆ ਹੈ ਅੰਦੋਲਨ ਦਾ ਇਹ ਬਹੁਤ ਹੀ ਮੈਸਕੁਲਿਨ ਆਈਡੀਆ ਹੈ ਅੰਦੋਲਨ ਦਾ ਸੌਰੀ ਟੂ ਸੀ ਉਹ ਉਹ ਅੰਦੋਲਨ ਹੈ ਨਾ ਜਿਹੜਾ ਸਾਡੇ ਲਈ ਜਿਹੜੇ ਅੰਦੋਲਨ ਨੇ ਇੱਕ ਮਿੰਟ ਸਾਡੇ ਲਈ ਜਿਹੜੇ ਅੰਦੋਲਨ ਹੈ ਨਾ ਉਹ ਘਰਾਂ ਦੇ ਵਿੱਚ ਭਕੇ ਹੋਏ ਹੀ ਨੇ ਜਿਹੜੀਆਂ ਜਿਹੜੀਆਂ ਕੁੜੀਆਂ ਰੋਜ਼ਾਨਾ ਇਸ ਲਈ ਉਹਨਾਂ ਨੂੰ ਉਹ ਪ੍ਰੋਟੈਸਟ ਕਦੇ ਬਾਹਰ ਨਹੀਂ ਆਉਂਦੇ ਹਾਂ ਉਹ ਕੁੜੀ ਜਿਹੜੀ ਲੜ ਰਹੀ ਹੁੰਦੀ ਹੈ ਕਿ ਮੈਨੂੰ ਐਡਮਿਸ਼ਨ ਚਾਹੀਦੀ ਹੈ ਕਾਲਜ ਦੇ ਵਿੱਚ ਮੈਂ ਅੱਗੇ ਪੜ੍ਹਨਾ ਹੈ ਜਿਹੜੀ ਉਹ ਕੁੜੀ ਮਾਪੇ ਦੇ ਨਾਲ ਅੰਦਰੋਂ ਅੰਦਰ ਲੱਗਦਾ ਕਿ ਖਬਰ ਨਾ ਹੋ ਜੇ ਕਿਸੇ ਨੂੰ ਕਹਿੰਦੀ ਹੈ ਮੈਂ ਇਹਦੇ ਨਾਲ ਵਿਆਹ ਨਹੀਂ ਕਰਾਣਾ ਆਪਣੀ ਮਰਜ਼ੀ ਨਾਲ ਕਿਸੇ ਨਾਲ ਵਿਆਹ ਕਰਾਉਣਾ ਮੈਨੂੰ ਉਹ ਪਖਿਆ ਹੋਇਆ ਅੰਦੋਲਨ ਮੈਨੂੰ ਉਹ ਪਖਿਆ ਹੋਇਆ ਅੰਦੋਲਨ ਲੱਗਦਾ ਸਿਰਫ ਨਾਰੀਵਾਦ ਦੀ ਜਿਹੜਾ ਅੰਦੋਲਨ ਹੈ ਉਹ ਜਿਵੇਂ ਕਿ ਨਿਵੇਦਤਾ ਹੀ ਇੱਕ ਕਿਸੇ ਕਿਸੇ ਜਗ੍ਹਾ ਕਹਿ ਰਹੇ ਸੀ ਕਿ ਇਹ ਤਾਂ ਮਤਲਬ ਸਾਡੇ ਬੈੱਡਰੂਮਾਂ ਦੇ ਵਿੱਚ ਵੀ ਹੋ ਰਿਹਾ ਹੁੰਦਾ ਸੋ ਇਹ ਤੁਸੀਂ ਸਾਡੇ ਜਿਹੜੇ ਅੰਦੋਲਨ ਦਾ ਆਈਡੀਆ ਹੈ ਮੈਨੂੰ ਐਦਾ ਲੱਗਦਾ ਸਾਨੂੰ ਉਹਨੂੰ ਬਦਲਣਾ ਪਏਗਾ ਇਹ ਬਹੁਤ ਮਾਸਕੁਲਿਨ ਆਈਡੀਆ ਹੈ ਅੰਦੋਲਨ ਦਾ ਜਿੱਥੇ ਅੰਦੋਲਨ ਤੁਸੀਂ ਸੋਚਦੇ ਸੜਕਾਂ ਦੇ ਉੱਤੇ ਖੜੇ ਹੋ ਕੇ ਯੈਸ ਹੈ ਬਟ ਉਹ ਤੋਂ ਇਲਾਵਾ ਹੋਰ ਸਾਡੇ ਲਈ ਅੰਦੋਲਨ ਦਾ ਆਈਡੀਆ ਬਹੁਤ ਡਿਫਰੈਂਟ ਹੈ ਕਿਉਂਕਿ ਸਾਡਾ ਐਕਸਪੀਰੀਅੰਸ ਅੰਦੋਲਨ ਦਾ ਬਹੁਤ ਅਲੱਗ ਹੈ ਸਾਡੀ ਲੜਾਈ ਹੈ ਰਾਦਰ ਅਲੱਗ ਹੈ ਹਾਂ ਸਾਡੇ ਲਈ ਅੰਦੋਲਨ ਤਾਂ ਕੁਝ ਸਾਡੇ ਲਈ ਤਾਂ ਰੋਜ਼ਾਨਾ ਅੰਦੋਲਨ ਹੈ ਅਸਲ ਰੋਜ਼ਾਨਾ ਮੋਰਚੇ ਲਾਉਣੇ ਆ ਨਾ ਲਈ ਸਾਡੇ ਲਈ ਕੋਈ ਇੱਕ ਇੱਕ ਸਟੇਟ ਨਹੀਂ ਨਹੀਂ ਹੋ ਕੇ ਕੁਝ ਸਵਾਲ ਮੇਰੇ ਕੋਲ ਇਸ ਲਈ ਨਹੀਂ ਇਸ ਕਰਕੇ ਉਸਵਾਲ ਨੂੰ ਨਹੀਂ ਸੁਝਣਗੇ ਇਸ ਕਰਕੇ ਅੰਦੋਲਨ ਦੇ ਕੀ ਮਾਇਨੇ ਹੁੰਦੇ ਨੇ ਜਾਂ ਹਰ ਉਹ ਔਰਤ ਜਿਹੜੀ ਸ਼ਾਮ ਨੂੰ ਸੂਰਜ ਡੁੱਬਨ ਤੋਂ ਬਾਅਦ ਘਰੋਂ ਨਿਕਲਦੀ ਹੈ ਤਾਂ ਬਾਜ਼ਾਰ ਤੱਕ ਜਾਣਾ ਤੇ ਵਾਪਸ ਆਣਾ ਉਹਦੇ ਲਈ ਇੱਕ ਅੰਦੋਲਨ ਦਾ ਕਰਮ ਹੁੰਦਾ ਹੈ ਇਹ ਸੋਚਣਾ ਕਿ ਮੈਂ ਇਸ ਲੜਕੇ ਨਾਲ ਵਿਆਹ ਕਰਾ ਸਕਦੀ ਹਾਂ ਜਾਂ ਨਹੀਂ ਬਾਪ ਨਾਲ ਗੱਲ ਮੈਂ ਸ਼ੁਰੂ ਕਰਾਂ ਕਿ ਪਹਿਲਾਂ ਮੰਮੀ ਨੂੰ ਕਵਾਂ ਕਿੰਨੀ ਦੇਰ ਛੁਪਾ ਕੇ ਰੱਖਾਂ ਕਿ ਘਰੋਂ ਭੱਜ ਜਾਈਏ ਉਹ ਇੱਕ ਪੱਕੇ ਹੋਏ ਅੰਦੋਲਨ ਵਿੱਚ ਹੁੰਦੀ ਹੈ ਇਸੀ ਅੰਦੋਲਨ ਨੂੰ ਸਿਰਫ ਇਕੱਠ ਦਾ ਵਡੇਰੇ ਇਕੱਠ ਦਾ ਇੱਕ ਪਰਫਾਰਮੈਂਸ ਹਰ ਤੱਕ ਸੀਮਿਤ ਕਰ ਰੱਖਿਆ ਤੇ ਇਹਦੇ ਵਿੱਚ ਕਿੰਨੀ ਮੈਸਕੁਲਿਨਿਟੀ ਹੈ ਸਾਨੂੰ ਦਿਸਦੀ ਨਹੀਂ ਹੈ ਜਿਸ ਵੇਲੇ ਕੋਈ ਲੀਡਰ ਸੀਨਾ ਤਾਣ ਕੇ ਕਹਿੰਦਾ ਕਿ 56 ਇੰਚ ਦਾ ਸੀਨਾ ਤੇ ਸਾਨੂੰ ਇਹ ਨਹੀਂ ਦਿਸਦਾ ਕਿ ਕਿੰਨੀ ਪੈਟਰੀਆਰਕਲ ਲੈਂਗੁਏਜ ਹੈ ਇਹ ਕਿੰਨੀ ਮਰਦਾਗਰਦੀ ਵਾਲੀ ਇਹ ਭਾਸ਼ਾ ਹੈ ਇਹ ਨੀਅਰ ਗੁੰਡਾਗਰਦੀ ਹੈ ਔਰ ਇਹ ਹਿੰਦੁਸਤਾਨ ਦਾ ਇੱਕ ਨੋਮਾਇਆ ਡੈਮੋਕਰੇਟਿਕਲੀ ਚੁਣਿਆ ਨੇਤਾ ਕਹਿ ਰਿਹਾ ਹੁੰਦਾ ਤਾਂ ਉਹਦੇ ਵਿੱਚ ਐਂਕਰ ਟੱਪਲੇ ਖਾਸ ਕਰਦੇ ਨੇ ਕਿ ਮੈਂ ਜਿਹੜੀ ਪਾਸ਼ਾ ਵਰਤ ਰਿਹਾ ਉਹਦੀ ਜਿਹੜੀ ਉਹ ਉਹਦੀਆਂ ਜਿਹੜੀਆਂ ਅੰਦਰਲੀਆਂ ਪੈਟਰੀਆਰਕ ਲੇਅਰਸ ਨੇ ਉਹਦੇ ਅਸੀਂ ਤੇ ਇਮਿਊਨ ਹੋ ਚੁੱਕੇ ਆ ਸਾਨੂੰ ਪਤਾ ਵੀ ਨਹੀਂ ਲੱਗਦੀ ਹੌਜ਼ ਇਹ ਜਿਹੜਾ ਅੰਤਰਰਾਸ਼ਟਰੀ ਦਿਹਾੜਾ ਤੇ ਵਿਮਨ ਦਾ ਅੰਦੋਲਨ ਹੈ ਨਾ ਨਾ ਆਈ ਐਮ ਵੈਰੀ ਕੇਅਰਫੁਲ ਜਦੋਂ ਮੈਂ ਸ਼ਬਦ ਅੰਦੋਲਨ ਕਮਾ ਤੋਦੇ ਕੀ ਮਾਇਨੇ ਹੋਣਗੇ ਆਈ ਹੋਪ ਕਿ ਮੈਂ ਤੇ ਦਰਸ਼ਕ ਮਿਹਨਤ ਕਰਕੇ ਨਾ ਪ੍ਰੀਤ ਆਉਣ ਵਾਲੇ ਉਸ ਇੱਕ ਪੇਜ ਤੇ ਆ ਜਾਵਾਂਗੇ ਜਦੋਂ ਅਸੀਂ ਅੰਦੋਲਨ ਸ਼ਬਦ ਵਰਤਦੇ ਆ ਇੱਕ ਕੈਂਪਸਿਸ ਤੇ ਕੀ ਹਾਲ ਹੈ ਤੁਸੀਂ ਕੈਂਪਸ ਤੋਂ ਆਉਂਦੇ ਹੋ ਕਿ ਤੁਸੀਂ ਦੋਨੋਂ ਲੋਕ ਕੈਂਪਸ ਤੋਂ ਆਉਂਦੇ ਹੋ ਹਾਜ਼ ਇਟ ਤੁਸੀਂ ਇੱਕ ਇਹੋ ਜੀ ਯੂਨੀਵਰਸਿਟੀ ਦੇ ਨਾਲ ਬਵਸਤਾ ਹੋ ਜਿੱਥੇ ਇੱਕ ਜ਼ਬਰਦਸਤ ਲੜਾਈ ਜ਼ਿੰਦਾ ਰਹਿਣ ਦੀ ਚੱਲ ਰਹੀ ਹੈ ਯੂਨੀਵਰਸਿਟੀ ਦੇ ਜਿੱਥੇ ਯੂਨੀਵਰਸਿਟੀ ਦਾ ਗਲਾ ਸਰਕਾਰ ਕੋਟ ਰਹੀ ਹੈ ਮੈਂ ਇੱਕ ਚਰਚਾ ਅਸੀਂ ਦਲੀਲ ਦੇ ਵਿੱਚ ਵੀ ਕੀਤੀ ਸੀ ਔਰ ਬਹੁਤ ਸਾਰੇ ਮੇਰੇ ਪ੍ਰੋਫੈਸਰ ਮਿਤਰਾਂ ਨੇ ਇਹ ਪ੍ਰਭਾਵ ਵੀ ਲਿਆ ਕਿ ਚਰਚਾ ਆਲਮੋਸਟ ਇਸ ਤਰ੍ਹਾਂ ਦੀ ਸੀ ਜਿਸ ਤਰ੍ਹਾਂ ਪ੍ਰੋਫੈਸਰਾਂ ਦਾ ਹੀ ਸਾਰਾ ਕਸੂਰ ਕੱਢਿਆ ਜਾ ਰਿਹਾ ਤੇ ਜਦੋਂ ਕਿ ਕਸੂਰ ਜਿਹੜਾ ਉਹ ਸਰਕਾਰ ਦਾ ਕੱਢਣਾ ਚਾਹੀਦਾ ਸੀਗਾ ਤੇ ਇਹ ਇਹ ਦੇਖ ਮੈਨੂੰ ਲੱਗਿਆ ਵੀ ਕਿ ਇਹ ਪ੍ਰਭਾਵ ਲਿਆ ਵੀ ਜਾ and which which is not the intention which wasn't certainly the intention te uh, anchor dia ki limitations hon giya ki kithe oh wagya kiti hovegi usne that, do, those questions apart a e, women andolan women movement feminist movement te universities da gala kutna eh vi ta ikko jagah jaake intersect kar rahe na campuses de vich ta sara kujh oh vadhanga te ikathe <laughs> hi <laughs> you are a young scholar there hmm. kis kisam diyan tankhawaan te naukriyan mil rahiyan ne kis kisam diyan ladkiyan utthe padhan aa rahiyan ne ਉਹ ਪੜ੍ਹ ਲਿਆ ਕਿ ਉਹ ਕਿਸ ਕਿਸਮ ਦੇ ਸਿਟੀਜ਼ਨ ਬਣ ਰਹੀਆਂ ਨੇ ਤੇ ਫਿਰ ਅੱਗੋਂ ਯੂਨੀਵਰਸਿਟੀ ਕਿਸ ਕਿਸਮ ਦਾ ਭਵਿੱਖ ਦਿਖਾ ਰਹੀ ਆ ਤੇ ਯੂਨੀਵਰਸਿਟੀ ਦਾ ਆਪਣਾ ਭਵਿੱਖ ਕਿੱਥੇ ਪਿਆ ਦੇਖੋ ਇਹ ਸਾਰਾ ਕੁਝ ਹੀ ਆ ਇੱਕ ਗੱਲ ਮੈਂ ਪਹਿਲਾਂ ਇਹਨਾਂ ਨਾਲ ਐਡ ਕਰਦਾ ਜਿਹੜੀ ਇਹਨਾਂ ਨੇ ਗੱਲ ਕੀਤੀ ਆ ਕਿ ਸਾਡੀ ਲੜਾਈ ਕਿੱਥੇ ਤੱਕ ਹੈ ਮੈਂ ਬਹੁਤ ਛੋਟੇ ਐਗਜ਼ਾਮਪਲ ਦਵਾਂਗੀ ਕਿ ਇਸ ਸੋਸਾਇਟੀ ਦੇ ਵਿੱਚ ਭਾਰਤ ਦੇ ਵਿੱਚ ਔਰਤ ਨੂੰ ਵਾਸ਼ਰੂਮ ਜਾਣ ਦੇ ਲਈ ਪੇ ਕਰਨਾ ਪੈਂਦਾ ਜਿਹੜਾ ਮੇਲ ਨੂੰ ਨਹੀਂ ਕਰਨਾ ਪੈਂਦਾ ਤੁਸੀਂ ਕਿਸੇ ਵੀ ਬੱਸ ਸਟੈਂਡ ਤੇ ਜਾਓ ਕਿਸੇ ਵੀ ਸਰਕਾਰੀ ਇਸ ਤਰ੍ਹਾਂ ਦੀ ਪਬਲਿਕ ਉਧੇ ਚ ਜਾਓ ਔਰਤ ਦੇ ਵਾਸ਼ਰੂਮ ਦੇ ਅੱਗੇ ਇੱਕ ਟੈਕਸ ਪੇਅਰ ਟੈਕਸ ਲੈਣ ਵਾਲਾ ਕੋਈ ਮੇਲ ਜਾਂ ਫੀਮੇਲ ਵੈਕੀਲ ਹੁੰਦੇ ਆ ਠੀਕ ਹੈ ਨਹੀਂ ਸੇਫਰ ਨਹੀਂ ਕਿ ਅਸੀਂ ਤੁਹਾਨੂੰ ਹਾਈਜੀਨ ਰੱਖਣ ਲਈ ਸਫਾਈ ਕਰਦੇ ਹਾਂ ਠੀਕ ਹੈ ਇਹ ਸੋਸਾਇਟੀ ਸਾਨੂੰ ਹਜੇ ਇਹ ਨਹੀਂ ਦੇ ਸਕੀ ਤੇ ਤੁਸੀਂ ਕਹਿ ਰਹੇ ਹੋ ਕਿ ਸਾਡੀਆਂ ਲੜਾਈਆਂ ਛੋਟੀਆਂ ਨੇ ਅਸੀਂ ਅਸੀਂ ਟਿਕ ਟਿਕਟਾਉਣੇ ਆ ਤੁਸੀਂ ਬੱਸ ਸਟੈਂਡ ਬਣਾਇਓ ਬੱਸ ਸਟੈਂਡ ਬਣਾਉਣ ਚ ਸਾਡੀ ਟੈਕਸ ਦੀ ਬਰਾਬਰ ਸ਼ਮੂਲੀਅਤ ਹੈ ਅਸੀਂ ਸਾਰੀਆਂ ਥਾਵਾਂ ਤੇ ਤੁਹਾਨੂੰ ਬਰਾਬਰ ਪੇ ਕੀਤਾ ਤਾਂ ਇੱਥੇ ਹੀ ਡਿਸਕ੍ਰਿਮੀਨੇਸ਼ਨ ਕਿਉਂ ਹਜ਼ਾਰਾਂ ਐਗਜ਼ਾਮਪਲਸ ਨੇ ਜਿੱਥੇ ਸਿਸਟੇਮੈਟਿਕ ਡਿਸਕ੍ਰਿਮੀਨੇਸ਼ਨ ਹੁੰਦਾ ਪਰ ਇਹ ਤਾਂ ਬਹੁਤ ਨੇਚਰਲ ਤੇ ਦਿਖਦੀ ਚੀਜ਼ ਹੈ ਜਿਹੜੀ ਤੁਸੀਂ ਕਹਿੰਦੇ ਦਿਖਦੀ ਨਹੀਂ ਉੱਪਰੋਂ ਭਾਸ਼ਾ ਸੈਕਿੰਡ ਗੱਲ ਤੁਸੀਂ ਮੈਨੂੰ ਥੋੜਾ ਪ੍ਰੋਵੋਕ ਕਰਤਾ ਮੈਂ ਝੇਤੀ ਹੁੰਦੀ ਨਹੀਂ ਮਤਲਬ ਸਾਡੇ ਤਾਂ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਕੋਲ ਭਾਸ਼ਾ ਦਾ ਸਾਨੂੰ ਸੈਂਸਰ ਲਾਉਣਾ ਪੈਂਦਾ ਮੂਰੇ ਬੈਠ ਕੇ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਕਦੋਂ ਐਨਟੀਪੀ ਮੈਨ ਸਟੇਟਮੈਂਟ ਦੇਗੇ ਪਿੰਡ ਦੇ ਜੋ ਫੇਸਬੁੱਕ ਦੇ ਉੱਤੇ ਹੋ ਰਿਹਾ ਹੈ ਅੱਜਕੱਲ ਲੜਾਈ ਹੈ ਇੱਕ ਇੱਕ ਅੰਦੋਲਨ ਇਸੇ ਤੋਂ ਬਦਲੇਗਾ ਨਾ ਇਹ ਸਭ ਇਹ ਸਭ ਚਰਚਾ ਵਿੱਚ ਆਣ ਗਿਆ ਕਿੱਥੇ ਬਦਲ ਰਿਹਾ ਹੈ ਫੇਸਬੁੱਕ ਤੇ ਜਾ ਕੇ ਦੇਖੋ ਸੋਸ਼ਲ ਮੀਡੀਆ ਤੇ ਜਾ ਕੇ ਦੇਖੋ ਕਿ ਜਿੱਥੇ ਤੁਹਾਨੂੰ ਕੋਈ ਲੀਡਰ ਨਾਲ ਤੁਹਾਡੀ ਸਹਿਮਤੀ ਹੈ ਕਿਸੇ ਲੀਡਰ ਨਾਲ ਅਸਹਿਮਤੀ ਹੈ ਸੰਯੁਕਤ ਮੋਰਚੇ ਨਾਲ ਤੁਹਾਨੂੰ ਦਿੱਕਤਾਂ ਹੋ ਸਕਦੀਆਂ ਨੇ ਸਰਕਾਰ ਨਾਲ ਦਿੱਕਤਾਂ ਹੋ ਸਕਦੀਆਂ ਨੇ ਪਰ ਉਹ ਸਾਰੀ ਭਾਸ਼ਾ ਗਾਲਾਂ ਦੇ ਰੂਪ ਚ ਬਾਹਰ ਨਿਕਲ ਰਹੀ ਹੈ ਤੇ ਉਸ ਭਾਸ਼ਾ ਦਾ 99% ਜਿਹੜਾ ਹੈਗਾ ਉਹ ਐਂਟੀ ਵਿਮਨ ਐ 엘ਿਮੈਂਟ ਐ ਇਹਦੇ ਤੇ ਗੱਲ ਕੌਣ ਕਰੂਗਾ ਤੇ ਕਦ ਗੱਲ ਕਰੂਗਾ ਕਿ ਇਹ ਸਾਰਾ ਭਾਰ ਔਰਤ ਨੇ ਲੈਣਾ ਕਿ ਉਹਨੇ ਸਾਰੇ ਉਹਨੇ ਤੁਹਾਡੇ ਨਾਲ ਵੀ ਲੜਨਾ ਜ਼ਮੀਨਾਂ ਦੀ ਲੜਾਈ ਵੀ ਕਰਨੀ ਹੈ ਸਮਾਜ ਬਿਹਤਰ ਬਣਾਉਣ ਦੀ ਲੜਾਈ ਵੀ ਲੜਨੀ ਹੈ ਤੇ ਤੁਹਾਨੂੰ ਇਹ ਵੀ ਬਾਰ ਬਾਰ ਦੱਸਦੇ ਰਹਿਣਾ ਇਹ ਨਹੀਂ ਸਾਨੂੰ ਪਤਾ ਕਿ ਅਸੀਂ ਕੀ ਦੀ ਗੱਲ ਕੱਢ ਰਹੇ ਹਾਂ ਤੇ ਉਹ ਕਿਹਨੂੰ ਲੱਗ ਰਹੀ ਆ ਹਜੇ ਤੱਕ ਇਹ ਨਹੀਂ ਪਤਾ ਯੂਨੀਵਰਸਿਟੀ ਦੀ ਤੁਸੀਂ ਗੱਲ ਕੀਤੀ ਮੈਂ ਆਪਣੀ ਗੱਲ ਸ਼ੋਰਟ ਬਹੁਤ ਛੋਟੇ ਵਿੱਚ ਕਰੂੰਗੀ ਕਿ ਉਸੇ ਯੂਨੀਵਰਸਿਟੀ ਦੇ ਵਿੱਚ ਤੁਸੀਂ ਦੇਖੋ ਮਤਲਬ ਢੱਲੇਦਾਰ ਸਾਡੇ ਕੋਲ ਲੀਡਰ ਕੁੜੀਆਂ ਹੈਗੀਆਂ ਨੇ ਉਹਨਾਂ ਨੂੰ ਪ੍ਰੂਫ ਕਰਨ ਦੀ ਲੋੜ ਨਹੀਂ ਆ ਉਹਨਾਂ ਨੇ ਇੱਕ ਲੜਾਈ ਲੜੀ ਐ ਤੇ ਇੱਕ ਵੱਡੀ ਲੜਾਈ ਐ ਨੀ ਬੈਕਵਰਡ ਏਰੀਆ ਦੇ ਵਿੱਚ ਤੇ ਬਹੁਤ ਹੀ ਪਿਛੜੇ ਇਲਾਕੇ ਦੇ ਵਿੱਚ ਕੁੜੀਆਂ ਨੇ ਜਿੱਤੀ ਐ ਤੇ ਇਹਦੇ باوجود ਯੂਨੀਵਰਸਿਟੀ ਦੇ ਵਿੱਚ ਇਹ ਸਫੀਅਰ ਐ ਕਿ ਕੁੜੀਆਂ ਕੀ ਬੋਲਣਗੀਆਂ ਕਿਵੇਂ ਬੋਲਣਗੀਆਂ ਕਿੱਥੇ ਬੋਲਣਗੀਆਂ ਤੇ ਕੀ ਬੋਲਣਗੀਆਂ ਇਹ ਡਿਸਾਈਡ ਹੁੰਦਾ ਜੇ ਤੁਸੀਂ ਉਹਨਾਂ ਦੀ ਗੱਲ ਨਹੀਂ ਸੁਣਦੇ ਥੋੜੇ ਪੈਰਾਂ ਥੱਲੇ ਜ਼ਮੀਨ ਖਿੱਚ ਲਈ ਜਾਂਦੀ ਹੈ ਤੇ ਬੋਲਣ ਦੀਆਂ ਥਾਵਾਂ ਖੋਲੀਆਂ ਜਾਂਦੀਆਂ ਨੇ ਇਹ ਜਿਹੜੀਆਂ ਇਹ ਜਿਹੜੀਆਂ ਲਿੰਕੇਜਸ ਨੇ ਨਾ ਯੂਨੀਵਰਸਿਟੀਾਂ ਦਾ ਗਲਾ ਘੋਟਣਾ ਅ ਇਸ ਤਰੀਕੇ ਦੇ ਨਾਲ ਐਜੂਕੇਸ਼ਨ ਤੇ ਹੈਲਥ ਦੇ ਵਿੱਚੋਂ ਸਰਕਾਰਾਂ ਦਾ ਭਜਣਾ ਅ ਗਲੋਬਲ ਕੈਪੀਟਲ ਦਾ ਇਸ ਤਰ੍ਹਾਂ ਨਾਲ ਆਣਾ ਤੇ ਇਹ ਤਿੰਨ ਖੇਤੀ ਬਿੱਲ ਆਣੇ ਤੇ ਇਹਨਾਂ ਦੇ ਅਗੇਂਸਟ ਜਿਹੜਾ ਅੰਦੋਲਨ ਵਿੱਡਿਆ ਹੋਇਆ ਤੇ ਉਹਦੇ ਵਿੱਚ ਜਿਹੜਾ ਵਿਮਨ ਦਾਇਕਨ ਅੰਦੋਲਨ ਨਾਲੋ ਨਾਲ ਵੀ ਤੇ ਅੰਦਰੋਂ ਅੰਦਰੀ ਵੀ ਜਿਹੜਾ ਚੱਲ ਰਿਹਾ ਇਹ ਸਾਰੇ ਜੁੜੇ ਹੋਏ ਮਸਲੇ ਨੇ ਅ ਤੁਸੀਂ ਗੱਲ ਕੀਤੀ ਸੀ ਮੇਰੇ ਕੋਲ ਸਮਾਂ ਬਿਲਕੁਲ ਹੀ ਘੱਟ ਰਹਿ ਗਿਆ ਤੁਸੀਂ ਗੱਲ ਕੀਤੀ ਸੀਗੀ ਕਿ ਸਾਡੀ ਵੂਮਨ ਤਾਂ ਹਰ ਰੋਜ਼ ਅੰਦੋਲਨ ਦੇ ਚਾਹ ਜੇ ਤੁਸੀਂ ਉਸ ਅੰਦੋਲਨ ਦੇ ਮੈਨ ਨੇ ਸਮਝਣੇ ਨੇ ਕਿਸਾਨ ਅੰਦੋਲਨ ਦੇ ਵਿੱਚ ਮੈਂ ਵਿਮਨ ਨੂੰ ਦੇਖਿਆ ਇੱਕ ਗਰੁੱਪ ਉੱਤੇ ਉੱਤੇ ਟਾਈਮ ਮੈਗਜ਼ੀਨ ਨੇ ਖਾਸ ਤੌਰ ਤੇ ਉਹਦਾ ਜ਼ਿਕਰ ਕੀਤਾ ਕਿ ਉਹ ਮੈਨਸਟ੍ਰੂਏਸ਼ਨ ਬਾਰੇ ਗੱਲ ਕਰ ਰਹੇ ਨੇ ਉਹ ਸੈਨੀਟਰੀ ਨੈਪਕਿਨ ਲੈ ਕੇ ਉੱਥੇ ਬੈਠੀ ਹੈ ਕਿਉਂਕਿ ਉਹ ਇਸ ਗੱਲਬਾਤ ਨੂੰ ਆਵਾਮ ਦੇ ਵਿੱਚ ਐਕਸੈਪਟੇਬਲ ਬਣਾਉਣਾ ਚਾਹ ਰਹੀ ਹੈ ਕਿ ਇਹ ਨਾਰਮਲ ਹੈ ਤੇ ਇਹਦੀ ਅਸੀਂ ਗੱਲ ਕਰ ਸਕਦੇ ਆ ਤੇ ਕੱਲ ਨੂੰ ਤਿੰਨੇ ਅਪੀਲ ਕਹਿ ਰਹੇ ਨੇ ਕਿ ਖਲਲ ਪਏਗਾ ਤਾਂ ਕੱਲ ਨੂੰ ਜਿਹੜੀ ਤੁਸੀਂ ਦੂਸਰੀ ਗੱਲ ਕੀਤੀ ਹੈ ਸਾਡੇ ਬੈੱਡਰੂਮਾਂ ਵਿੱਚ ਹੋਣ ਵਾਲੇ ਅੰਦੋਲਨ ਦੀ ਤਾਂ ਫਿਰ ਮੈਰਿਟਲ ਰੇਪ ਦੇ ਉੱਤੇ ਲਾਹ ਬਣੇ ਇਹਦੇ ਲਈ ਵੀ ਕੋਈ ਬੈਰੀਕੇਡਾਂ ਪੁੱਟ ਕੇ ਕਿਸੇ ਬਾਰਡਰ ਤੇ ਜਾ ਬੈਠੇਗਾ ਕਿ ਕਦੋਂ ਬੰਨਣਗੇ ਤੇ ਇਹ ਇਹ ਸਾਡੇ ਲਈ ਮਸਲੇ ਕਦੋਂ ਖਤਮ ਹੋਣਗੇ ਐਸਪੀ ਜੀ ਮੈਂ ਫੇਰ ਕਹਾਂਗੀ ਉਹ ਬਾਰਡਰ ਤੇ ਜਾ ਬਾਰਡਰ ਤੇ ਜਾ ਬੈਠਣ ਨਾਲ ਹੀ ਅੰਦੋਲਨ ਨਹੀਂ ਪਿਛਲੀ ਰਾਤ ਕਿਸੇ ਕੁੜੀ ਨੇ ਘਰਾਂ ਦੇ ਵਿੱਚ ਹੋਇਆ ਨਾ ਪਿਛਲੀ ਰਾਤ ਕਿਸੇ ਕੁੜੀ ਨੇ ਆਪਣੇ ਪਿਓ ਦੇ ਰੱਖੀ ਹੋਈ ਪੱਗ ਜਿਹੜਾ ਉਹਦੇ ਪੈਰਾਂ 'ਚ ਰੱਖਦਾ ਹੈ ਉਹਨੂੰ ਪਿੱਛੇ ਕਰਕੇ ਕਿਹਾ ਵੀ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਾਉਣਾ ਚਾਹੁੰਦੀ ਆ ਉਹਦੀ ਕੰਨੋਂ ਕੰਨ ਪੂਰੇ ਸ਼ਹਿਰ ਨੂੰ ਖਬਰ ਨਹੀਂ ਹੋਈ ਨਾ ਕਦੇ ਸ਼ਾਇਦ ਹੋ ਸਕਦੀ ਐ ਸੋ ਤੇ ਕਿਸੇ ਔਰਤ ਨੇ ਕਿਹਾ ਹੁਣ ਮੈਂ ਤੇਰੇ ਨਾਲ ਮੇਰਾ ਕੁਝ ਰਿਹਾ ਨਹੀਂ ਹੈ ਮੈਂ ਜਾਣੀ ਆ ਛੱਡ ਕੇ ਤੇ ਉਹ ਆਪਣਾ ਝੋਲਾ ਚੁਣੀ ਚੱਕ ਕੇ ਤੁਰ ਪਈ ਸੋ ਇਹ ਜਿਹੜੀਆਂ ਸਾਡੀਆਂ ਇਹ ਇਹ ਹੋ ਰਿਹਾ ਹੁੰਦਾ ਹੈ ਇਹ ਲਗਾਤਾਰ ਹੋ ਰਿਹਾ ਹੁੰਦਾ ਹੈ ਤੇ ਨਾਲ ਦੇ ਜਿਹੜੇ ਤੁਹਾਡੇ ਪੜੋਸ ਦੇ ਕਮਿਸਟ ਹੈ ਉੱਥੇ ਜਦੋਂ ਕੁੜੀ ਅੱਖ ਚੱਖ ਮਲਾ ਕੇ ਕਹਿ ਰਹੀ ਹੁੰਦੀ ਹੈ ਮੈਨੂੰ ਸ਼ਰਮ ਨਹੀਂ ਆ ਰਹੀ ਹੈ ਸੈਨੇਟਰੀ ਪੈਡ ਮੰਗਦਿਆਂ ਹੋਇਆ ਮੈਨੂੰ ਐਦਾ ਲੱਗਦਾ ਕਿ ਇਹ ਜਿਹੜਾ ਇਹਦੇ ਲਈ ਸ਼ਾਇਦ ਤੁਹਾਨੂੰ ਤੁਹਾਡੇ ਲਈ ਇਹ ਖਬਰ ਹੋਏ ਕਿ ਕਿ ਉਹ ਉੱਥੇ ਸੈਨੇਟਰੀ ਨੈਪਕਿੰਸ ਲਈ ਲਾ ਕੇ ਬੈਠੀ ਹੈ ਸਟਾਲ ਮੇਰੇ ਲਈ ਖਬਰ ਨਹੀਂ ਹੈ ਐਸਪੀ ਜੀ ਮੇਰੇ ਲਈ ਖਬਰ ਨਹੀਂ ਹੈ ਕਿਉਂਕਿ ਮੈਂ ਤੁਹਾਨੂੰ ਦੱਸਦੀ ਹਾਂ ਪਿਛਲੇ ਮਹੀਨੇ ਮੈਂ ਆਪਣੇ ਪ੍ਰੋਡਕਟ ਦੇਖ ਰਹੇ ਨੇ ਕਿ ਐਂਕਰ ਦੀ ਅੰਦਰਲੀ ਬੈਟਰੀ ਆਰ ਕੇ ਕਿੰਨਾ ਬਾਹਰ ਆਉਂਦੀ ਹੈ ਇਹ ਖਬਰ ਜਾਂਦੀ ਹੈ ਮੈਂ ਤੁਹਾਨੂੰ ਦੱਸਦੀ ਹਾਂ ਤੇ ਇਹਦੀ ਸੁਰਖੀ ਛਪਦੀ ਹੈ ਬਿਲਕੁਲ ਬਿਲਕੁਲ ਛਪਦੀ ਹੈ ਹਾਂ ਹਾਂ ਤੇ ਇਹਦੀ ਸੁਰਖੀ ਨਹੀਂ ਛਪਦੀ ਜਦੋਂ ਮੇਰੇ ਵਰਗੀ ਕੋਈ ਔਰਤ ਜਾ ਕੇ ਉਹਨੂੰ ਕਹੇ ਕਿ ਭਾਈ ਇਹ ਇਹਦੇ ਚ ਮੈਨੂੰ ਸ਼ਰਮ ਨਹੀਂ ਆ ਰਹੀ ਹੈ ਤੇ ਤੂੰ ਮੰਗਦੇ ਹੋਏ ਸੈਨੇਟਰੀ ਪੈਡ ਤੇ ਹੁਣ ਮੈਂ ਇਸ ਉਮਰ ਚ ਆ ਕੇ ਯੂਨੀਵਰਸਿਟੀ ਚ ਹੋ ਕੇ ਜੇ ਤੇ ਤੂੰ ਮੈਨੂੰ ਸ਼ਰਮ ਆਏਗੀ ਲਾਣਾ ਤੇ ਮੇਰੇ ਤੇ ਵੀ ਇਸ ਤੋਂ ਵੀ ਸਾਰੇ ਇੱਕ ਸੁਰਖੀਆਂ ਨਹੀਂ ਬਣਦੀਆਂ ਇਸ ਤੋਂ ਅੱਗੇ ਇਹ ਦੱਲੇ ਹੈ ਕਿ ਉਹ ਲੜਨਗੇ ਸੈਨੇਟਰੀ ਪੈਟ ਦੇ ਉੱਤੇ ਜਿਹੜੇ ਮਤਲਬ ਹੁਣ GST ਤੱਕ ਲਾ ਦਿੱਤਾ ਗਿਆ ਹੈ ਠੀਕ ਹੈ ਉਹ ਇਹਦੇ ਲਈ ਲੜਨਗੇ ਬਿਲਕੁਲ ਲੜਨਗੇ ਲਾਮਬੰਦੀ ਹੋਏਗੀ ਪਰ ਇਹ ਮੋਰਚਾ ਸੀ ਰੋਜ਼ ਨੰਨੇ ਆ ਸਾਡੀ ਇਹ ਸਾਡੇ ਲੱਗਦੇ ਨੇ ਜਿਹੜੇ ਸਾਡਾ ਮੈਂ ਨਾ ਹੋਰ ਕੁਝ ਨਹੀਂ ਕਹਾ ਕਿ ਇੱਕ ਤੋਂ ਦਰਸ਼ਕਾਂ ਨੂੰ ਸਿਰਫ ਇੰਨੀ ਗੁਜ਼ਾਰਿਸ਼ ਹੈ ਕਿ ਜਿਸ ਵੇਲੇ ਇਸ ਕਿਸਮ ਦੇ ਡਿਬੇਟ ਦੇ ਕਰਨਾ ਤੇ ਇੱਕ ਮੀਟਰ ਐਂਕਰ ਬਾਰੇ ਵੀ ਲੱਗਾ ਹੋਣਾ ਚਾਹੀਦਾ ਕਿ ਭਾਈ ਇਹਦੇ ਅੰਦਰ ਕਿੰਨੀ ਕੁ ਕੋਈ ਔਰਤ ਹੈ ਕਿ ਇਹ ਇੱਕਲਾ ਮਰਦਾਗਰਦੀ ਦਾ ਹੀ ਸ਼ਿਕਾਰ ਹੈ ਡਿਬੇਟ ਹੀ ਕੇਵਲ ਪੈਟਰੀਆਰਕੀ ਬਾਰੇ ਹੋ ਰਿਹਾ ਤੇ ਅੰਦਰਲੀ ਪੈਟਰੀਆਰਕੀ ਉਹਨਾਂ ਸ਼ਬਦਾਂ ਦੇ ਵਿੱਚੋਂ ਤੇ ਉਹਨਾਂ ਫਾਰਮੂਲੇਸ਼ਨਸ ਦੇ ਵਿੱਚੋਂ ਡੁੱਲ ਡੁੱਲ ਪੈਂਦੀ ਹੈ ਜਿਹੜੀਆਂ ਸਾਨੂੰ ਬੜੀਆਂ ਹੀ ਇਨੋਸੈਂਟ ਨਾਰਮਲ ਤੇ ਡਿਬੇਟ ਕਰਨ ਯੋਗ ਪਸਦੀਆਂ ਨੇ ਆਈ ਐਮ ਔਨ ਅ ਵੈਰੀ ਵੈਰੀ ਸਲਿਪਰੀ ਗਰਾਉਂਡ ਇਸ ਲਈ ਇੱਥੇ ਡਿਬੇਟ ਰੋਕ ਰਿਹਾ ਅੱਜ ਲਈ ਇੰਨਾ ਹੀ ਧੰਨਵਾਦ ਤੇ ਰੱਬ ਰਾਖਾ ਮੇਰਾ ਖਿਆਲ ਹੈ ਉਹ ਵੀ ਔਰਤ ਹੋ ਸਕਦਾ ਹੁਣ ਕਹਿ ਵੀ ਦੇਣਾ ਚਾਹੀਦਾ